ਪੰਜਾਬ ਦੇ ਰਾਜਪਾਲ ਦਾ ਰਾਤੋ ਰਾਤ ਤਬਾਦਲਾ ਕਰ ਦਿੱਤਾ ਗਿਆ ਤੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਨਿਯੁਕਤ ਕਰ ਦਿੱਤਾ ਗਿਆ ਤੇ ਇਹ ਤਬਾਦਲਾ ਹੋਇਆ ਕਿਉਂ ਹੈ? ਕੀ ਭਗਵੰਤ ਮਾਨ ਤੇ ਰਾਜਪਾਲ ਸਾਹਿਬ ਦੇ ਵਿਚਕਾਰ ਜਿਹੜਾ ਚੱਲ ਰਿਹਾ ਆਪਸੀ ਕਲੇਸ਼ ਹੈ, ਕੀ ਇਸ ਤਬਾਦਲੇ ਦੀ ਵਜ੍ਹਾ ਉਹ ਬਣਿਆ? ਕੀ ਭਗਵੰਤ ਮਾਨ ਸਾਹਿਬ ਇਸ ਤਬਾਦਲੇ ਦੇ ਨਾਲ ਸ਼ਕਤੀਸ਼ਾਲੀ ਨਜ਼ਰ ਆਉਣ ਲੱਗ ਗਏ ਆ ਜਾਂ ਸੱਚਾਈ ਇਹਦੇ ਪਿੱਛੇ ਤਬਾਦਲੇ ਦੀ ਕੋਈ ਹੋਰ ਹੈ? ਉਧਰ ਨਵੇਂ ਆਏ ਗਵਰਨਰ ਸਾਹਿਬ ਗੁਲਾਬ ਚੰਦ ਕਟਾਰੀਆ, ਉਹ ਕਿਹੋ ਜਿਹੇ ਬੰਦੇ ਨੇ ਔਰ ਕੀ ਉਹ ਭਗਵੰਤ ਮਾਨ ਨੂੰ ਬਨਵਾਰੀ ਲਾਲ ਪੁਰੋਹਿਤ ਦੀ ਤਰ੍ਹਾਂ ਟਿੱਕੇ ਨਹੀਂ ਬੈਠਣ ਦੇਣਗੇ ਜਾਂ ਫਿਰ ਉਹ ਮੈਨੇਜ ਹੋ ਜਾਣਗੇ? ਬੰਦੇ ਕਿਹੋ ਜਿਹੇ ਨੇ? ਕੀ ਪੰਜਾਬ ਦੇ ਵਿੱਚ ਭਾਜਪਾ ਕਿਹੋ ਜਿਹਾ ਰਾਜਪਾਲ ਲਾਉਣਾ ਚਾਹੁੰਦੀ ਹੈ? ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਕੱਲ ਮੁੱਖ ਮੰਤਰੀ ਨੇ ਇੱਕ ਨਹਿਰ ਦਾ ਉਦਘਾਟਨ ਕਰਦਿਆਂ ਫਿਰ ਬਾਦਲ ਪਰਿਵਾਰ ਨੂੰ ਲੰਮੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸੁੱਖ ਵਿਲਾਸ ਦੇ ਜਿਹੜੇ ਆ ਕਾਗਜ਼ ਪਹੁੰਚ ਗਏ ਆ, ਕੱਢ ਲਏ ਆ ਤੇ ਜਲਦੀ ਮੈਂ ਖੁਸ਼ਖਬਰੀ ਦਿਆਉਂਗਾ। ਉਧਰ ਦੂਜੇ ਪਾਸੇ ਉਹਨਾਂ ਨੇ ਇਹ ਕਹਿਤਾ ਕਿ ਭਾਈ ਖੁਸ਼ਖਬਰੀ ਦਾ ਸਾਨੂੰ ਪਤਾ ਨਹੀਂ, ਪਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਸਿੱਧੇ ਤੌਰ ਤੇ ਅਕਾਲੀ ਦਲ ਵੱਲੋਂ ਚੈਲੰਜ ਕਰਦੇ ਆ ਕਿ ਭਾਈ ਤੁਸੀਂ ਉਸ ਸੁੱਖ ਵਿਲਾਸ ਤੇ ਕੋਈ ਕਾਰਵਾਈ ਕਰਕੇ ਦਿਖਾਓ, ਵਿਜੀਲੈਂਸ ਤੁਹਾਡੇ ਕੋਲ ਆ, ਸਾਰਾ ਕੁਝ ਤੁਹਾਡੇ ਕੋਲ ਹੈ। ਕਿ ਮੁੱਖ ਮੰਤਰੀ ਹੁਣ ਉਹ ਚੈਲੰਜ ਨੂੰ ਕਬੂਲਣਗੇ, ਕਿ ਮੁੱਖ ਮੰਤਰੀ ਆਪਣੀ ਹੀ ਕਈ ਗੱਲ ਨੂੰ ਪਗਾਉਣਗੇ, ਕਿ ਮੁੱਖ ਮੰਤਰੀ ਜਲਦ ਕੋਈ ਸੁੱਖ ਵਿਲਾਸ ਤੇ ਜਿਹੜਾ ਕੋਈ ਐਕਸ਼ਨ ਹੈ ਕੋਈ ਲੈਣ ਜਾ ਰਹੇ ਨੇ, ਜਾਂ ਮੁੱਖ ਮੰਤਰੀ ਫਿਰ ਬੈਕਫੁੱਟ ਤੇ ਜਾਣਗੇ ਜਿਵੇਂ ਪਹਿਲਾਂ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਹੁੰਦਾ? ਕੀ ਕੁਝ ਬਣ ਜਾ ਰਿਹਾ ਇਹਦੇ ਵਿੱਚ? ਉਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਾਂਗੇ। ਇਹ ਮੁੱਖ ਮੰਤਰੀ ਕਰ ਪਾਉਣਗੇ ਐਕਸ਼ਨ ਜਾਂ ਫਿਰ ਅਕਾਲੀ ਦਲ ਜ਼ਿਆਦਾ ਓਵਰ ਕੌਨਫੀਡੈਂਟ ਹੈ, ਇਹ ਤੇ ਵੀ ਗੱਲ ਕਰਨੀ ਹੈ। ਨਾਲ ਹੀ ਨਾਲ ਗੱਲ ਕਰਾਂਗੇ ਕਿ ਕੱਲ ਨੀਤੀ ਆਯੋਗ ਦੀ ਬੈਠਕ ਸੀ, ਭਗਵੰਤ ਮਾਨ ਉੱਥੇ ਨਹੀਂ ਗਏ, ਮਮਤਾ ਬੈਨਰਜੀ ਨੇ ਵਿਰੋਧ ਵੀ ਦਰਜ ਕਰਾਇਆ ਤੇ ਆਪਣੀ ਸ਼ਮੂਲੀਅਤ ਵੀ ਉੱਥੇ ਦਿੱਤੀ। ਕੀ ਮੁੱਖ ਮੰਤਰੀ ਨੇ ਉੱਥੇ ਅਜੇ ਜਾ ਕੇ ਕੋਈ ਵੱਡੀ ਗਲਤੀ ਕੀਤੀ? ਇਸ ਤੇ ਵੀ ਗੱਲ ਕਰਨੀ ਹੈ। ਨਾਲ ਹੀ ਨਾਲ IAS IPS ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਇੱਕ ਵਾਰ ਫਿਰ ਹਾਸੋਹੀਣੀ ਸਥਿਤੀ ਸਰਕਾਰ ਦੇ ਵਿੱਚ ਬਣੀ ਹੈ। ਲਿਸਟਾਂ ਹੁਣ ਆ ਗਈਆਂ, ਘੰਟੇ ਨੂੰ ਆ ਗਈਆਂ, ਸ਼ਾਮ ਨੂੰ ਆ ਗਈਆਂ, ਕੱਲ ਨੂੰ ਆ ਗਈਆਂ, ਸਵੇਰੇ ਆ ਗਈਆਂ, ਇਹ ਚੱਲਦੇ ਚੱਲਦੇ ਅੱਜ 15 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ। ਭਗਵੰਤ ਮਾਨ ਇੰਨੇ ਕਮਜ਼ੋਰ ਪੈ ਗਏ ਆ ਕਿ ਉਹ ਲਿਸਟਾਂ ਵੀ ਆਪਣੇ ਤੌਰ ਤੇ ਅਫਸਰਾਂ ਦੀਆਂ ਜਾਰੀ ਨਹੀਂ ਕਰ ਸਕਦੇ। ਮਸਲਾ ਕੀ ਬਣਿਆ? ਲਿਸਟਾਂ ਰੁਕੀਆਂ ਕਿਉਂ ਆ? ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਗੱਲ ਕਰਨੀ ਹੈ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅਣਖ ਸਾਹਿਬ, ਸਭ ਤੋਂ ਪਹਿਲੀ ਖਬਰ ਮੈਂ ਇਹੀ ਲਊਂਗਾ ਕਿ ਰਾਤੋ ਰਾਤ ਪੰਜਾਬ ਦੇ ਗਵਰਨਰ ਰਾਜਪਾਲ ਜਿਹੜੇ ਬਨਵਾਰੀ ਲਾਲ ਪੁਰੋਹਿਤ ਹੋਣਾ ਨੂੰ ਬਦਲ ਦਿੱਤਾ ਗਿਆ ਔਰ ਨਾਲ ਹੀ ਨਾਲ ਗਵਰਨਰ ਜਿਹੜੇ ਆ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਲਗਾ ਦਿੱਤਾ ਗਿਆ। ਹਾਲਾਂਕਿ ਇਹ ਬਦਲੀ ਜਿਹੜੀ ਇੱਕ ਨਹੀਂ ਹੋਈ, ਇਹ ਤਬਾਦਲੇ 9 ਰਾਜਾਂ ਦੇ ਜਿਹੜੇ ਉਹ ਬਦਲੇ ਗਏ ਨੇ ਰਾਜਪਾਲ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਦੋਂ ਕੁਝ ਮਹੀਨੇ ਪਹਿਲਾਂ ਹੀ ਬਨਵਾਰੀ ਲਾਲ ਪੁਰੋਹਿਤ ਹੋਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਉਦੋਂ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ, ਹਾਲਾਂਕਿ ਮੁਲਾਕਾਤ ਇਹਨਾਂ ਨੇ ਜਾ ਕੇ ਉੱਥੇ ਕੀਤੀ ਸੀ। ਬਾਅਦ ਦੇ ਵਿੱਚ ਕੈਰੀ ਔਨ ਵੀ ਉਹਨਾਂ ਨੇ ਕਰ ਲਿਆ, ਪੰਜਾਬ ਦਾ ਕੋਈ 2 ਦਿਨ ਪਹਿਲਾਂ ਦੌਰਾ ਵੀ ਕਰਕੇ ਆਇਆ, ਰਿਪੋਰਟਾਂ ਵੀ ਤਿਆਰ ਕਰ ਰਹੇ ਸੀ ਤੇ ਹੁਣ ਅਚਾਨਕ ਜਿਹੜਾ ਉਹ ਤਬਾਦਲਾ ਹੋ ਜਾਣਾ ਬਨਵਾਰੀ ਲਾਲ ਪੁਰੋਹਿਤ ਹੋਣਾ ਦਾ ਤੇ ਗੁਲਾਬ ਚੰਦ ਕਟਾਰੀਆ ਹੋਣਾ ਨੂੰ ਲਾ ਦੇਣਾ, ਇਹਦੀ ਵਜ੍ਹਾ ਕੀ ਬਣੀ ਹੈ ਅਚਾਨਕ ਤਬਾਦਲੇ ਦੀ? ਪਹਿਲਾਂ ਉਹਨਾਂ ਨੂੰ ਕਹਿਤਾ ਕਿ ਤੁਸੀਂ ਕੈਰੀ ਔਨ ਕਰੋ ਤੇ ਹੁਣ ਤਬਾਦਲਾ ਵੀ ਕਰਤਾ, ਮਸਲਾ ਕੀ ਹੈ? ਮਗਰ ਸੱਚਾਈ ਕੀ ਹੈ ਕਿ ਇਹਦੀ ਵਜ੍ਹਾ ਕੋਈ ਕਲੇਸ਼ ਬਣੀ ਹੈ ਜਿਹੜੇ ਭਗਵੰਤ ਮਾਨ ਤੇ ਇਹਨਾਂ ਦੇ ਵਿਚਕਾਰ ਚੱਲ ਰਿਹਾ ਹੈ? ਔਰ ਗੁਲਾਬ ਚੰਦ ਕਟਾਰੀਆ ਹੁਣੀ ਕਿਹੋ ਜਿਹੇ ਬੰਦੇ ਆ, ਉਹ ਭਗਵੰਤ ਮਾਨ ਹੋਰੀ ਉਹਨਾਂ ਨੂੰ ਨਾਲ ਲੈ ਕੇ ਚੱਲ ਸਕਣਗੇ ਜਾਂ ਫਿਰ ਪ੍ਰਣਾਲਾ ਫਿਰ ਉੱਥੇ ਦਾ ਉੱਥੇ ਰਹੂਗਾ? ਜੇ ਕਹਿ ਦਈਏ ਕਿ ਝੰਡਾ ਬਦਲੂ ਡੰਡੇ ਉਹੀ ਹੈ, ਇਹ ਰਾਜਪਾਲ ਸਾਹਿਬ ਬਦਲਣਗੇ ਤੇ ਕਲੇਸ਼ ਉਵੇਂ ਰਹੂਗਾ, ਮਸਲਾ ਕੀ ਹੈ? ਗੱਲਬਾਤ ਕਰੀਏ ਆਪਾਂ ਇਹਦੀ। ਸੁਖਵਿੰਦਰ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਹੁਣ ਏਡੇ ਸ਼ਕਤੀਸ਼ਾਲੀ ਤਾਂ ਹੈ ਨਹੀਂ ਕਿ ਆਪਣੇ ਪ੍ਰਭਾਵ ਦੇ ਨਾਲ ਕਿਸੇ ਵੀ ਆਪਣੀ ਸਟੇਟ ਦੇ ਰਾਜਪਾਲ ਨੂੰ ਬਦਲਾ ਸਕਣ, ਖਾਸ ਤੌਰ ਤੋਂ ਉਹ ਵੀ ਜਦੋਂ ਭਾਜਪਾ ਕੇਂਦਰ ਦੇ ਵਿੱਚ ਕੰਮ ਕਰ ਰਹੀ ਹੋਵੇ। ਪਹਿਲੀ ਗੱਲ ਤਾਂ ਇਹ ਹੈ
ਕਿ ਰਾਜਪਾਲ ਸਾਹਿਬ ਦਾ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਇਹ ਕੇਵਲ ਤੇ ਕੇਵਲ ਇਹ ਨਾ ਗੱਲ ਕਹਿ ਸਕੀਏ ਕਿ ਭਗਵੰਤ ਮਾਨ ਦੇ ਉੱਪਰ ਸਵਾਲ ਬੜੇ ਵਧੀਆ ਨੇ ਤੇ ਉਸ ਪ੍ਰਭਾਵ ਨਾਲ ਅਸਤੀਫਾ ਜਿਹੜਾ ਮਨਜ਼ੂਰ ਕਰਵਾ ਲਿਆ ਤੇ ਬਦਲ ਕੇ ਨਵੇਂ ਗੁਲਾਬ ਚੰਦ ਕਟਾਰੀਆ ਉੱਥੇ ਆ ਗਏ। ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਦਿੱਤਾ ਸੀ ਤਾਂ ਉਸ ਵਕਤ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਗਿਆ ਔਰ ਕਹਿ ਦਿੱਤਾ ਗਿਆ ਕਿ ਹਾਂ ਤੁਸੀਂ ਥੋੜ੍ਹਾ ਜਿਹਾ ਕੰਮ ਕਰੋ ਜਿੰਨਾ ਚਿਰ ਤੱਕ ਅਗਲੇ ਫੈਸਲੇ ਜਿਹੜੇ ਨਹੀਂ ਲਏ ਜਾਂਦੇ। ਤਾਂ ਜਦੋਂ ਸਿੱਧੂ ਸਾਹਿਬ ਕੇਂਦਰ ਦੇ ਵਿੱਚ ਹਮੇਸ਼ਾ ਨਵੀਂ ਸਰਕਾਰ ਬਣਦੀ ਹੈ ਤਾਂ ਉਸ ਵਕਤ ਜ਼ਰੂਰੀ ਤੌਰ 'ਤੇ ਰਾਜਪਾਲਾਂ ਦੇ ਤਬਾਦਲੇ ਜਿਹੜੇ ਹੁੰਦੇ ਨੇ ਇਹ ਬੀਤੇ ਸਮੇਂ ਦਾ ਇਤਿਹਾਸ ਜਿਹੜਾ ਉਹ ਦੱਸਦਾ ਹੈਗਾ। ਕੇਂਦਰ ਸਰਕਾਰ ਦੇ ਵਿੱਚ ਭਾਜਪਾ ਤੀਜੀ ਵਾਰੀ ਵੀ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਸੁਭਾਵਕ ਆ ਗਵਰਨਰਾਂ ਦੇ ਤਬਾਦਲੇ ਜਿਹੜੇ ਉਹ ਹੋਣੇ ਹੀ ਹੋਣੇ ਸਨ। ਤਾਂ ਉਸੇ ਰਿਵਿਊ ਦੇ ਵਿੱਚ ਜਿਹੜਾ ਬਨਵਾਰੀ ਲਾਲ ਪੁਰੋਹਿਤ ਹੋਣਾਂ ਦਾ ਜਿਹੜਾ ਅਸਤੀਫਾ ਆ ਉਹ ਮਨਜ਼ੂਰ ਕਰ ਲਿਆ ਜਾਂਦਾ ਅਤੇ ਉਹਨਾਂ ਦੇ ਸਥਾਨ 'ਤੇ ਗੁਲਾਬ ਚੰਦ ਕਟਾਰੀਆ ਚੱਕ ਜਿਹੜੇ ਰਾਜਸਥਾਨ ਨਾਲ ਸੰਬੰਧਿਤ ਨੇ ਉਹਨਾਂ ਨੂੰ ਇੱਥੇ ਗਵਰਨਰ ਜਿਹੜਾ ਨਿਯੁਕਤ ਕਰ ਦਿੱਤਾ ਜਾਂਦਾ। ਹੁਣ ਇੱਕ ਗੱਲ ਜਿਹੜੀ ਆਮ ਤੌਰ 'ਤੇ ਲੋਕਾਂ ਦੇ ਵਿੱਚ ਜਿਹੜੀ ਚਰਚਾਵਾਂ ਦਾ ਵਿਸ਼ਾ ਰਹੀ ਹੈ ਕਿ ਬੀਤੇ ਲੰਬੇ ਸਮੇਂ ਤੋਂ ਬਨਵਾਰੀ ਲਾਲ ਪੁਰੋਹਿਤ ਅਤੇ ਭਗਵੰਤ ਮਾਨ ਦੇ ਜਿਹੜੇ ਆਪਸੀ ਸੰਬੰਧ ਵਧੀਆ ਨਹੀਂ ਸਨ, ਕਈ ਤਰੀਕੇ ਨਾਲ ਇਹ ਸੁਪਰੀਮ ਕੋਰਟ 'ਚ ਭੇਜੇ, ਕਈ ਤਰੀਕੇ ਦੇ ਜਿਹੜੇ ਵਾਦ ਵਿਵਾਦਾਂ ਦਾ ਸੰਬੰਧ ਜਿਹੜੇ ਉਹ ਰਹੇ। ਤਾਂ ਰਾਜਪਾਲ ਸਾਹਿਬ 3 ਦਿਨ ਪਹਿਲਾਂ ਵੀ ਰਾਜ ਦਾ ਦੌਰਾ ਕਰਕੇ ਆਏ ਅਤੇ ਆਣ ਕੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਇੰਨੀ ਗੱਲ ਕਹੀ ਕਿ ਮੈਨੂੰ ਜਿਹੜਾ ਮੈਂ ਸਵੈਚਾ ਨਾਲ ਅਸਤੀਫਾ ਜਦੋਂ ਦਿੱਤਾ ਸੀ ਤਾਂ ਉਸ ਵਕਤ ਮੈਂ ਭਗਵੰਤ ਮਾਨ ਨੂੰ ਪਸੰਦ ਨਹੀਂ ਸਕਦਾ, ਮੈਂ ਸੋਚਿਆ ਕੰਮ ਨਹੀਂ ਕਰਦਾ, ਚਲੋ ਇਹ ਜਿਹੜੀ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ। ਪਰ ਜਿਸ ਤਰੀਕੇ ਨਾਲ ਭਾਜਪਾ ਨੇ ਇੱਕ ਸੰਦੇਸ਼ ਜਿਹੜਾ ਉਹ ਦੇ ਤਾ ਆਪਣੀ ਰੂਟੀਨ ਦੇ ਵਿੱਚ ਉਹਨਾਂ ਨੇ ਰਾਜਪਾਲ ਸਾਹਿਬ ਦੀ ਜਿਹੜੀ ਇਹ ਬਦਲੀ ਜਿਹੜੀ ਆ ਨਿਯੁਕਤੀ ਨਵੇਂ ਰਾਜਪਾਲ ਦੀ ਨਿਯੁਕਤੀ ਜਿਹੜੀ ਆ ਸਿੱਧੂ ਸਾਹਿਬ ਇਹ ਹੁੰਦੀ ਹੈਗੀ ਆ। ਗੱਲ ਕਰਦੀ ਗੁਲਾਬ ਚੰਦ ਕਟਾਰੀਆ ਜਿਹੜੇ ਹੁਣ ਨਵੇਂ ਆਏ, ਸਿੱਧੂ ਸਾਹਿਬ ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਰਾਜਸਥਾਨ ਦੇ ਨਾਲ ਸੰਬੰਧਿਤ ਆ। ਰਾਜਸਥਾਨ ਦੀ ਰਾਜਨੀਤੀ ਦੇ ਵਿੱਚ ਇਹਨਾਂ ਦਾ ਗਹਿਰਾ ਪ੍ਰਭਾਵ ਆ, ਉੱਥੋਂ ਦੇ ਹੋਮ ਮਿਨਿਸਟਰ ਰਹੇ ਨੇ, ਉੱਥੋਂ ਦੇ ਲੀਡਰ ਆਫ ਆਪੋਜੀਸ਼ਨ ਰਹੇ ਨੇ ਅਤੇ ਇੱਕ ਵਾਰ ਇਹ ਲੋਕ ਸਭਾ ਦੇ ਮੈਂਬਰ ਵੀ ਜਿਹੜੇ ਸਿੱਧੂ ਸਾਹਿਬ ਰਹੇ ਨੇ। ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਆਉਂਦੇ ਨੇ ਅਤੇ ਰਾਜਾਂ ਦੇ ਵਿੱਚ ਕਿਵੇਂ ਗਵਰਨਰ ਕੰਮ ਕਰਦੇ ਨੇ ਪੂਰਨ ਤੌਰ 'ਤੇ ਇਹਨਾਂ ਨੂੰ ਇਸ ਕਾਰਜਸ਼ੈਲੀ ਦਾ ਪਤਾ ਅਤੇ ਇਸ ਤੋਂ ਪਹਿਲਾਂ ਇਹ ਤਮਿਲਨਾਡੂ ਦੇ ਗਵਰਨਰ ਜਿਹੜੇ ਉਹ ਰਹੇ ਨੇ। ਹੁਣ ਸਿੱਧੂ ਸਾਹਿਬ ਗੱਲ ਕੀਤੀ ਤੁਸੀਂ ਇਹਨਾਂ ਦੇ ਆਪਸੀ ਸੰਬੰਧਾਂ ਦੀ, ਕੀ ਬਨਵਾਰੀ ਲਾਲ ਪੁਰੋਹਿਤ ਵਰਗੇ ਜਾਂ ਸੰਬੰਧ ਜਿਹੜੇ ਬਦਲਣਗੇ ਜਾਂ ਮੈਰਿਜ ਭਗਵੰਤ ਮਾਨ ਹੁਣੀ ਕਰ ਲੈਣਗੇ, ਸਿੱਧੂ ਸਾਹਿਬ ਇੱਦਾਂ ਦੀ ਗੱਲ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਕਾਰਨ ਇਹ ਆ ਕਿ ਆਹ ਜਿਹੜੇ ਨਵੇਂ ਰਾਜਪਾਲ ਆਏ ਨੇ ਇਹ ਵੀ ਭਾਜਪਾ ਵੱਲੋਂ ਹੀ ਲਾਏ ਗਏ ਨੇ। ਦੂਸਰੇ ਪਾਸੇ ਰਾਜਪਾਲ ਦੀ ਆਪਣੇ ਪੱਧਰ 'ਤੇ ਇੰਨੀ ਸ਼ਕਤੀ ਸਿੱਧੂ ਸਾਹਿਬ ਕਦੇ ਵੀ ਨਹੀਂ ਹੁੰਦੀ ਕਿ ਉਹ ਰਾਜ ਸਰਕਾਰ ਪਾਸੋਂ ਕਿਸੇ ਤਰੀਕੇ ਦੇ ਆਪਣੀ ਮਨਮਰਜ਼ੀ ਦੇ ਨਾਲ ਕੋਈ ਸਵਾਲ ਜਿਹੜੇ ਉਹ ਕਰ ਸਕਣ ਜਾਂ ਕੰਮ ਪੁੱਛ ਸਕਣ। ਉੱਤੋਂ ਜ਼ਰੂਰ ਕੇਂਦਰ ਦਾ ਜਿਹੜਾ ਇਸ਼ਾਰਾ ਹੁੰਦਾ ਸਿੱਧੂ ਸਾਹਿਬ ਉਹਦੇ ਆਧਾਰ 'ਤੇ ਹੀ ਗਵਰਨਰ ਜਿਹੜੀ ਆਪਣੀ ਭੂਮਿਕਾ ਕਿਸੇ ਰਾਜ ਦੇ ਵਿੱਚ ਨਿਭਾਉਂਦਾ ਹੈਗਾ ਆ। ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਬਨਵਾਰੀ ਲਾਲ ਪੁਰੋਹਿਤ ਹੋਣਾਂ ਨੇ ਵੱਖ ਵੱਖ ਮੁੱਦਿਆਂ ਦੇ ਉੱਤੇ ਸੰਵਿਧਾਨ ਦੀ ਉਦਾਹਰਣ ਦਿੰਦਿਆਂ ਜਾਂ ਸੰਵਿਧਾਨ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਿਆ ਤਾਂ ਭਗਵੰਤ ਮਾਨ ਹਮੇਸ਼ਾ ਇਸ ਲੜਾਈ ਨੂੰ ਇਲੈਕਟਡ ਅਤੇ ਸਿਲੈਕਟਡ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੇ ਤਾਂ ਉਸ ਦੇ ਵਿੱਚ ਕਈ ਵਾਰ ਗਵਰਨਰ ਸਾਹਿਬ ਵੀ ਬੈਕਫੁੱਟ 'ਤੇ ਗਏ ਅਤੇ ਕਈ ਵਾਰ ਰਾਜ ਸਰਕਾਰ ਵੀ ਜਿਹੜੀ ਬੈਕਫੁੱਟ 'ਤੇ ਗਈ। ਤਾਂ ਕਈ ਵਾਰੀ ਇਸ ਤਰੀਕੇ ਨਾਲ ਲੱਗਦਾ ਸੀ ਕਿ ਹਾਂ ਭਾਈ ਇਹ ਜਿਹੜਾ ਮੁੱਦਾ ਇਹ ਆਪਸੀ ਜਿੱਤ ਦਾ ਆਪਸੀ ਦਿਖਦਾ ਆ ਗਿਆ ਕਿ ਹਾਂ ਭਾਈ ਕੌਣ ਜ਼ਿਆਦਾ ਸ਼ਕਤੀਸ਼ਾਲੀ ਆ। ਆਮ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗਿਆ ਗਵਰਨਰ ਔਰ ਮੁੱਖ ਮੰਤਰੀ ਦੀ ਲੜਾਈ ਦੇ ਵਿੱਚ। ਹੁਣ ਜਿਹੜੇ ਨਵੇਂ ਰਾਜਪਾਲ ਸਾਹਿਬ ਆਏ ਨੇ ਇਹ ਖਾਸ ਤੌਰ 'ਤੇ ਇਹਨਾਂ ਨੂੰ ਤਜਰਬਾ ਜਿਹੜਾ ਰਾਜ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਦਾ, ਲੀਡਰ ਆਫ ਹੋਮ ਮਿਨਿਸਟਰ ਦਾ ਜਿਹੜਾ ਰਿਹਾ ਕਿ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਅਤੇ ਜਾਂ ਕਿਸ ਤਰੀਕੇ ਦੇ ਕੰਮ ਜਿਹੜੇ ਹੁੰਦੇ ਨੇ, ਭਾਵ ਰਾਜ ਸਰਕਾਰ ਦੇ ਕੰਮਾਂ ਦੀ ਪੂਰਨ ਜਾਣਕਾਰੀ ਮੈਨੂੰ ਲੱਗਦਾ ਕਿ ਗੁਲਾਬ ਚੰਦ ਕਟਾਰੀ ਆਪਣੇ ਕਟਾਰੀਆ ਸਾਹਿਬ ਨੂੰ ਜਿਹੜੀ ਜ਼ਿਆਦਾ ਹੈਗੀ ਆ ਬਨਵਾਰੀ ਲਾਲ ਪੁਰੋਹਿਤ। ਹਾਲਾਂਕਿ ਬਨਵਾਰੀ ਲਾਲ ਪੁਰੋਹਿਤ ਵੀ ਬੜੇ ਸੀਨੀਅਰ ਸੀ ਪਰ ਉਹ ਕਹਿੰਦੇ ਕਿ 2009 ਦੀ ਮੈਂ ਸਿਆਸਤ ਛੱਡ ਚੁੱਕਾ, ਮੈਂ ਸਿਆਸਤ ਵਿੱਚ ਦੁਬਾਰਾ ਆਉਣਾ ਨਹੀਂ ਹੈਗਾ। ਸੋ ਉਹਨਾਂ ਸਥਿਤੀਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨਵੇਂ ਗਵਰਨਰ ਜਿਹੜੇ ਪੰਜਾਬ ਦੇ ਆਏ ਨੇ ਇਹਨਾਂ ਦੇ ਸੰਬੰਧ ਸਿੱਧੂ ਸਾਹਿਬ ਸੰਵਿਧਾਨਕ ਤੌਰ 'ਤੇ ਮੈਨੂੰ ਲੱਗਦਾ ਕਿ ਜ਼ਿਆਦਾ ਜਿਹੜੇ ਉਹ ਠੀਕ ਰਹਿਣਗੇ, ਜਿਹੜੀ ਜਿਹਦੇ ਆ ਆਪਸੀ ਸੰਬੰਧਾਂ ਦੇ ਵਿੱਚ ਉਹ ਸ਼ਾਇਦ ਨਾ ਅੜਿੱਕਾ ਬਣੇ। ਪਰ ਦੂਜੇ ਪਾਸੇ ਗੱਲ ਜਿਹੜੀ ਆ ਭਗਵੰਤ ਮਾਨ 'ਤੇ ਨਿਰਭਰ ਕਰਦੀ ਹੈ। ਭਗਵੰਤ ਮਾਨ ਹਰ ਮੁੱਦੇ ਨੂੰ
ਆਪਣੀ ਨੱਕ ਦਾ ਆਪਣੇ ਵਕਾਰ ਦਾ ਮਸਲਾ ਬਣਾ ਕੇ ਚੱਲਦੇ ਆ। ਬੇਸ਼ੱਕ ਉਹ ਮੁੱਦਾ ਗਲਤ ਹੋਵੇ, ਬੇਸ਼ੱਕ ਉਹ ਮੁੱਦਾ ਠੀਕ ਹੋਵੇ, ਉਸ ਦੇ ਵਿੱਚ ਗਵਰਨਰ ਦੀ ਇੰਨੀ ਭੂਮਿਕਾ ਨਹੀਂ ਹੁੰਦੀ ਜਿੰਨਾ ਇਹ ਰੇਟਕਾ ਜਿਹੜਾ ਖੁਦ ਪਾ ਕੇ ਬੈਠ ਜਾਂਦੇ ਨੇ। ਬੀਤੇ ਸਮੇਂ ਦੇ ਵਿੱਚ ਬੜੇ ਕੁਝ ਵਾਦ ਵਿਵਾਦ ਇਸ ਤਰ੍ਹਾਂ ਦੇ ਹੋਏ ਜਿਹਦੇ ਵਿੱਚ ਰਾਜ ਸਰਕਾਰ ਲੱਗੀ ਕਿ ਗਵਰਨਰ ਤੋਂ ਜ਼ਿਆਦਾ ਜ਼ਿੰਮੇਵਾਰ ਹੈਗੀ ਹੈ। ਪਰ ਖੈਰ, ਹੁਣ ਸਰਕਾਰ ਨੇ ਜਿਸ ਤਰੀਕੇ ਨਾਲ ਨਵੇਂ ਗਵਰਨਰ ਨੂੰ ਲਾਇਆ, ਹੁਣ ਵੇਖਣਾ ਕਿ ਇਸ ਨਵੇਂ ਗਵਰਨਰ ਦੀ ਜਿਹੜੀ ਭੂਮਿਕਾ ਆ ਪੁਰਾਣੇ ਗਵਰਨਰ ਪਟਾਰੀ ਨਾਲ ਪੁਰੋਹਤਨਾ ਕਿਸ ਤਰੀਕੇ ਨਾਲ ਡਿਫਰ ਕਰਦੀ ਹੈ ਜਾਂ ਕਿਸ ਤਰੀਕੇ ਨਾਲ ਡਿਫਰ ਨਹੀਂ ਹੁੰਦੀ, ਇਹ ਤਾਂ ਸਿੱਧੂ ਸਾਹਿਬ ਆਉਂਦਿਆਂ ਦਿਨਾਂ 'ਚ ਪਤਾ ਲੱਗੇਗਾ। ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਅਜੇ ਕੋਈ ਵੀ ਬਿਆਨ ਜਿਹੜਾ ਇਸ ਸੰਦਰਭ 'ਚ ਨਹੀਂ ਆਇਆ ਕਿ ਅਸੀਂ ਸਵਾਗਤ ਕਰਦੇ ਹਾਂ, ਜੇ ਕਰਦੇ ਹਾਂ, ਕੋਈ ਵੀ ਨਹੀਂ ਕਰਦੇ, ਅਜੇ ਕੋਈ ਬਿਆਨ ਜਿਹੜਾ ਉਹ ਨਹੀਂ ਆਇਆ। ਵੇਖੋ ਕਦੋਂ ਬਿਆਨ ਆਉਂਦਾ। ਇੱਕ ਗੱਲ ਸਿੱਧੂ ਸਾਹਿਬ ਜਿਹੜੀ ਹੋਰ ਜ਼ਰੂਰੀ ਕਰਨੀ ਬਣਦੀ ਹੈ, ਜਿਸ ਦਿਨ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਜਾਂ ਹੋਰ ਕਾਂਗਰਸ ਦੇ ਲੀਡਰਾਂ ਨੇ ਭਾਜਪਾ ਜੁਆਇਨ ਕੀਤੀ ਤਾਂ ਉਸ ਸਮੇਂ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਹਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਕਿਸੇ ਸੂਬੇ ਦਾ ਗਵਰਨਰ ਲਾ ਸਕਦੀ ਹੈ, ਕਿਸੇ ਸੂਬੇ ਦਾ ਰਾਜਪਾਲ ਲਾ ਕੇ ਜਾਂ ਅੰਬੈਸਡਰ ਲਾ ਸਕਦੀ। ਪਰ ਅਜਿਹੀ ਕੋਈ ਵੀ ਘਟਨਾ ਜਿਹੜੀ ਆ ਪੰਜਾਬ ਦੇ ਇਹਨਾਂ ਭਾਜਪਾਈ ਲੀਡਰ ਨਵੇਂ ਕਾਂਗਰਸ ਤੋਂ ਭਾਜਪਾ ਦੇ ਵਿੱਚ ਗਏ ਲੀਡਰਾਂ ਦੀ ਕੋਈ ਜ਼ਿੰਮੇਵਾਰੀ ਮਿਲਦੀ ਦਿਖਾਈ ਨਹੀਂ ਦਿੱਤੀ। ਭਾਵ ਨਵੇਂ ਗਵਰਨਰ ਤਾਂ ਚਲੋ ਆ ਗਏ, ਪਰ ਕੈਪਟਨ ਅਮਰਿੰਦਰ ਸਿੰਘ ਹੋਇਆ ਜਿਹਦੇ ਸੰਬੰਧੀ ਆਮ ਕਿਆਸ ਆਈਆਂ ਸਨ ਜਾਂ ਚਰਚਾਵਾਂ ਸਨ ਕਿ ਆਉਂਦਿਆਂ ਦਿਨਾਂ 'ਚ ਉਹਨਾਂ ਨੂੰ ਕਿਸੇ ਸੂਬੇ ਦਾ ਗਵਰਨਰ ਲਾਇਆ ਜਾ ਸਕਦਾ, ਉਹਨਾਂ ਦੇ ਸੁਪਨੇ ਸਿੱਧੂ ਸਾਹਿਬ ਜ਼ਰੂਰ ਚਕਣਾ ਚੂਰ ਹੋਏ ਨੇ, ਚਾਹੇ ਉਹ ਸੁਨੀਲ ਜਾਖੜ ਹੋਵੇ ਅਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ। ਹੁਣ ਇਸ ਪਿੱਛੇ ਭਾਜਪਾ ਦੀ ਰਣਨੀਤੀ ਇਹੋ ਹੀ ਆ ਕਿ ਟਕਸਾਲੀ ਭਾਜਪਾਈ ਉਹਨਾਂ ਨੂੰ ਸਿੱਧੂ ਸਾਹਿਬ ਜ਼ਰੂਰ ਪਹਿਲ ਦਿੱਤੀ ਇਹਨਾਂ ਗਵਰਨਰਾਂ ਦੀ ਲਿਸਟ ਦੇ ਵਿੱਚ। ਕਿਤੇ ਵੀ ਕੋਈ ਨਾਮ ਜਿਹੜਾ ਉਹ ਗਵਰਨਰ ਦੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਇਆ। ਹਾਂ, ਰਮਨੀਤ ਸਿੰਘ ਬਿੱਟੂ ਦੀ ਜਿਹੜੀ ਕਿਸਮਤ ਆ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਚਮਕੀ, ਉਹ ਅਮਿਤ ਸ਼ਾਹ ਨਾਲ ਯਾਰੀ ਦੇ ਰੂਪ 'ਚ ਭੁਗਤੀ ਜਾਂ ਕਿਸ ਤਰੀਕੇ ਨਾਲ ਭੁਗਤੀ ਸੀ ਉਸ ਸੰਬੰਧ ਦੇ ਵਿੱਚ ਸਿੱਧੂ ਸਾਹਿਬ ਕੁਝ ਨਹੀਂ ਕਿਹਾ ਜਾ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖੜ ਵਰਗਾ ਨੂੰ ਇੱਕ ਤਕੜਾ ਅਸੀਂ ਕਹਿ ਧੱਕਾ ਜਿਹੜਾ ਜ਼ਰੂਰ ਜਿਹੜਾ ਇਸ ਲਿਸਟ ਤੋਂ ਮਿਲਦਾ ਜਿਹੜਾ ਮਹਿਸੂਸ ਹੁੰਦਾ ਹੈਗਾ ਜੀ। ਉਧਰ ਮੁੱਖ ਮੰਤਰੀ ਭਗਵੰਤ, ਇੰਝ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਕਮਜ਼ੋਰ ਜੇ ਪੈ ਗਏ। ਹਾਲਾਂਕਿ ਉਹ ਕਮਜ਼ੋਰੀ ਥੋੜੀ ਜਿਹੀ ਉਹਨਾਂ ਨੇ ਜਿਹੜੀ ਜਲੰਧਰ ਵਾਲੀ ਜਿਮਨੀ ਚੋਣ ਜਿੱਤ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਾਲੇ ਵੀ ਕਮਜ਼ੋਰ ਨੇ। ਇਹ ਗੱਲ ਸਿੱਧ ਉਦੋਂ ਹੁੰਦੀ ਹੈ ਜਦੋਂ ਕਈ ਦਿਨਾਂ ਤੋਂ IAS ਤੇ IPS ਅਫਸਰਾਂ ਦੇ ਤਬਾਦਲਿਆਂ ਦੀ ਲਿਸਟ ਜਿਹੜੀ ਅਣਕਿਤਾਬ ਉਹ ਰੁਕੀ ਪਈ ਹੈ। 15 ਦਿਨਾਂ ਤੋਂ ਪਿਛਲਿਆਂ ਤੋਂ ਇਹੀ ਚੱਲ ਰਿਹਾ ਕਿ ਲਿਸਟ ਘੰਟੇ ਤੱਕ ਆ ਗਈ, ਲਿਸਟ 2 ਘੰਟਿਆਂ ਤੱਕ ਆ ਗਈ, ਲਿਸਟ ਦੁਪਹਿਰੇ ਆ ਜਾਣੀਆਂ, ਲਿਸਟ ਸ਼ਾਮ ਨੂੰ ਆ ਜਾਣੀਆਂ, ਲਿਸਟ ਕੱਲ ਨੂੰ ਆ ਜਾਣੀਆਂ, ਸ਼ਨੀਵਾਰ ਐਤਵਾਰ ਨੂੰ ਆ ਜਾਣੀਆਂ, ਬੁੱਧਵਾਰ ਵੀਰਵਾਰ ਨੂੰ ਆ ਜਾਣੀਆਂ, ਮਤਲਬ ਐਂ ਚੱਲੀ ਜਾ ਰਿਹਾ। ਤੇ ਹੁਣ ਅਫਸਰ ਵੀ ਇਹਨਾਂ ਦੇ ਮੂੰਹ ਵੱਲ ਝਾਕੀ ਜਾ ਰਹੇ ਆ, ਤੇ ਅਫਸਰ ਜਿਹੜੇ ਆ ਉਹ ਹਾਸੋਹੀਣੀ ਸਥਿਤੀ ਦੇ ਵਿੱਚ ਵੀ ਆ, ਤੇ ਅਫਸਰ ਜਿਹੜੇ ਇਹਨਾਂ ਤੇ ਅੱਕੇ ਵੀ ਫਿਰਦੇ ਆ। ਔਰ ਮੈਂ ਪਿਛਲੇ ਦਿਨੀ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਅਫਸਰਾਂ ਨੂੰ ਭਗਵੰਤ ਮਾਨ ਬਦਲਣ ਨੂੰ ਫਿਰਦੇ ਆ ਕਹਿੰਦੇ ਕਿ ਉਹਨਾਂ ਨੂੰ ਦਿੱਲੀ ਲੋਬੀ ਨਹੀਂ ਬਦਲਣਾ ਚਾਹੁੰਦੀ, ਜਿਹਨਾਂ ਨੂੰ ਦਿੱਲੀ ਲੋਬੀ ਬਦਲਣਾ ਚਾਹੁੰਦੀ ਹੈ ਉਹਨਾਂ ਨੂੰ ਕਹਿੰਦੇ ਭਗਵੰਤ ਮਾਨ ਨਹੀਂ ਬਦਲਣਾ ਚਾਹੁੰਦੇ। ਇਹ ਸਥਿਤੀਆਂ ਦੋਨਾਂ ਵਾਸਤੇ ਹੀ, ਦਿੱਲੀ ਲੋਬੀ ਵਾਸਤੇ ਵੀ ਔਰ ਭਗਵੰਤ ਮਾਨ ਵਾਸਤੇ ਵੀ ਕਮਜ਼ੋਰੀ ਵਾਲੀਆਂ ਨਜ਼ਰ ਆ ਰਹੀਆਂ। ਮਤਲਬ ਪੰਜਾਬ ਦੇ ਤੁਸੀਂ ਮੁੱਖ ਮੰਤਰੀ ਕਾਹਦੇ ਹੋ ਜੇ ਤੁਸੀਂ ਆਪਦੇ ਅਫਸਰ ਹੀ ਨਹੀਂ ਲਾ ਸਕਦੇ, ਤੇ ਹਾਈ ਕਮਾਨ ਵੀ ਕਾਹਦੀ ਹੈ ਜੇ ਤੁਹਾਡੀ ਮੁੱਖ ਮੰਤਰੀ ਮੰਨਦਾ ਹੀ ਨਹੀਂ। ਸਥਿਤੀਆਂ ਦੋਵੇਂ ਹੀ ਜਿਹੜੇ ਉਹ ਜੇ ਯੁੱਗ ਨੂੰ ਯੁੱਗ ਟੱਕਰਨ ਵਾਲੀ ਗੱਲ ਹੈ, ਤੇ ਅਫਸਰ ਇਹਦੇ ਵਿੱਚ ਭਚੀੜੇ ਜਾ ਰਹੇ ਆ, ਲੋਕ ਇਹਦੇ ਵਿੱਚ ਭਚੀੜੇ ਜਾ ਰਹੇ ਆ, ਮਤਲਬ ਇਹ ਬਦਲੀਆਂ ਹੀ ਨਹੀਂ ਕਰ ਪਾ ਰਹੇ ਪਿਛਲੇ ਕਈ ਦਿਨਾਂ ਦੀ। ਸਿੱਧੂ ਸਾਹਿਬ, ਕਿਸੇ ਵੀ ਰਾਜ ਦੇ ਮੁੱਖ ਮੰਤਰੀ ਦੀ ਜਿਹੜੀ ਸ਼ਕਤੀ ਹੁੰਦੀ ਉਹ ਹੁੰਦੀ ਅਫਸਰਸ਼ਾਹੀ, ਕਿ ਅਫਸਰਸ਼ਾਹੀ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਲੈਣਾ ਜਾਂ ਅਫਸਰਸ਼ਾਹੀ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਵਰਤਣਾ। ਬੀਤੇ ਲੰਬੇ ਸਮੇਂ ਤੋਂ ਅਗਰ ਵੇਖਿਆ ਜਾਵੇ ਤਾਂ ਅਫਸਰਸ਼ਾਹੀ ਜਿਹੜੀ ਪੰਜਾਬ ਦੀ ਮੌਜੂਦਾ ਅਫਸਰਸ਼ਾਹੀ ਹੈ, ਰਾਜ ਸਰਕਾਰ ਦੀਆਂ ਉਹਨੇ ਪੂਛਾਂ ਜਿਹੜੀਆਂ ਚੁਕਾਈਆਂ ਨੇ, ਤੇ ਕਿਤੇ ਵੀ ਕਿਤੇ ਕੰਮ ਜਿਹੜੇ ਨਾ ਵਿਧਾਇਕਾਂ ਦੇ ਹੁੰਦੇ ਤਾਂ ਨਾ ਹੀ ਕਿਤੇ ਮੁੱਖ ਮੰਤਰੀ ਸਾਹਿਬ ਦੀ ਇੱਛਾ ਦੇ ਅਨੁਸਾਰ ਕੰਮ ਹੁੰਦੇ ਆ। ਬਦਲੀਆਂ ਬੜੀਆਂ ਕੀਤੀਆਂ ਗਈਆਂ, ਕਦੇ ਪੁਲਿਸ ਦੇ 10,000 ਮੁਲਾਜ਼ਮਾਂ ਦੀਆਂ ਕਰਤੀਆਂ, ਕਿਸੇ ਦੀਆਂ ਕਰਤੀਆਂ, ਪਰ ਜਿਹੜੇ IAS ਅਧਿਕਾਰੀ ਜਾਂ IPS ਅਧਿਕਾਰੀ
ਜਿਹਨਾਂ ਨੂੰ ਬਦਲਣ ਦੇ ਸੰਬੰਧੀ ਚਰਚਾਵਾਂ ਜਿਹੜੀਆਂ ਅਸੀਂ ਆਮ ਕਰਦੇ ਰਹਿੰਦੇ ਹਾਂ, ਅਜੇ ਤੱਕ ਗੱਲ ਕਿਸੇ ਸਿਰੇ ਲੱਗਦੀ ਮਹਿਸੂਸ ਹੁੰਦੀ ਨਹੀਂ। ਤੁਸੀਂ ਮੁੱਖ ਮੰਤਰੀ ਸਾਹਿਬ ਦੀ ਸਥਿਤੀ ਦੀ ਗੱਲ ਕੀਤੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਹਾਰ ਤੋਂ ਬਾਅਦ ਅਤੇ ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਸਥਿਤੀਆਂ ਕਿਸ ਤਰੀਕੇ ਨਾਲ ਬਦਲੀਆਂ ਨੇ। ਸਿੱਧੂ ਸਾਹਿਬ, ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਥਿਤੀ ਜਿਮਨੀ ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਥੋੜ੍ਹੀ ਬਹੁਤੀ ਬਦਲੀ ਲੱਗਦੀ ਮਹਿਸੂਸ ਹੁੰਦੀ ਹੈ, ਉਹ ਕੇਵਲ ਪੰਜਾਬ ਦੇ ਵਿੱਚ ਹੈਗੀ। ਹਾਈਕਮਾਨ ਦੀਆਂ ਨਜ਼ਰਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਅਜੇ ਮੁੱਖ ਮੰਤਰੀ ਦਾ ਉਹ ਵਕਾਰ ਬਹਾਲ ਹੋਇਆ ਜਿਹੜਾ ਕਦੇ ਪਹਿਲਾਂ ਹੁੰਦਾ ਸੀ, ਕਿਉਂਕਿ 13-0 ਦੀ ਗੱਲ ਕਰਨ ਵਾਲਾ ਹੈ ਜਦੋਂ ਕੇਵਲ 3 ਚੀਜ਼ਾਂ ਸਿਮਟ ਜਾਣ ਤਾਂ ਸਿੱਧੂ ਸਾਹਿਬ ਉਸ ਵਕਤ ਦ੍ਰਿਸ਼ਟੀਕੋਣ ਬਦਲਦੇ ਆ, ਜਿਹੜੀ ਆ ਉਹ ਦੇਰ ਨਹੀਂ ਲੱਗਦੀ। ਹੁਣ ਗੱਲ ਕਰਦੀ ਹੈ ਕਿ ਇਹਨਾਂ ਬਦਲੀਆਂ ਚਰਚਾਵਾਂ ਮੀਟਿੰਗਾਂ ਦੀ, ਹੁਣ ਇਹ ਪਤਾ ਲੱਗਾ ਕਿ ਮੀਟਿੰਗਾਂ ਜਿਹੜੀਆਂ ਨੇ ਹਾਈਕਮਾਨ, ਹੁਣ ਕਈ ਧੜਿਆਂ 'ਚ ਤਾਂ ਉੱਪਰ ਦੀ ਹਾਈਕਮਾਨ ਜਿਹੜੀ ਉਹ ਵੰਡੀ ਮਹਿਸੂਸ ਹੋਈ ਰਹੀ ਹੈ। ਇੱਕ ਪਾਸੇ ਅੰਤਰੀ ਪਾਠਕ ਹੋਣੀ ਆ, ਦੂਜੇ ਪਾਸੇ ਰਾਘਵ ਚੱਡਾ ਹੋਣੀ ਆ, ਇੱਕ ਪਾਸੇ ਸੰਜੇ ਸਿੰਘ ਹੋਣੀ ਆ, ਉੱਥੇ ਵੀ 3 ਜਿਹੜੇ ਸ਼ਕਤੀ ਦੇ ਜਿਹੜੇ ਵੱਖ ਵੱਖ ਕੇਂਦਰ ਨੇ, ਜਿਹੜੇ ਹਰ ਤਰੀਕੇ ਨਾਲ ਪੰਜਾਬ ਦੇ ਵਿੱਚ ਆਪਣੀ ਮਕਬੂਲੀਅਤ ਜਾਂ ਆਪਣੇ ਹਸਤਾਖਰ ਜਾਂ ਆਪਣੀ ਹੈਸੀਅਤ ਨੂੰ ਉਹ ਦਰਜ ਕਰਾਉਣੀ ਚਾਹੁੰਦੇ ਨੇ, ਤੇ ਚੌਥੇ ਬੰਨੇ ਭਗਵੰਤ ਮਾਨ ਹੋਣੀ ਇਕੱਲੇ, ਤਾਂ ਉੱਥੇ ਭਗਵੰਤ ਮਾਨ ਦੀ ਫਿਰ ਕਿਸੇ ਤਰੀਕੇ ਨਾਲ ਚੱਲਣੀ ਹੈ, ਕਿਉਂਕਿ ਜੇਕਰ ਉਹ ਕਿਸੇ ਇੱਕ ਹਾਈਕਮਾਨ ਦੇ ਵਿਅਕਤੀ ਦੀ ਮੰਨਦੇ ਇੱਕ ਮੀਟਿੰਗ ਕਰਕੇ ਆ ਜਾਂਦੇ ਆ, ਦੂਸਰਾ ਬੰਦਾ ਨਾਰਾਜ਼ਗੀ ਪ੍ਰਗਟ ਕਰ ਦਿੰਦਾ, ਤੀਜਾ ਕਰ ਦਿੰਦਾ, ਤੇ ਇਸ ਸਭ ਕਾਸੇ ਦੇ ਵਿੱਚ ਜਿਹੜੀ ਸਥਿਤੀ ਆ ਉਹ ਮੁੱਖ ਮੰਤਰੀ ਦੀ ਤਰਸਯੋਗ ਬਣ ਜਾਂਦੀ ਹੈ ਕਿ ਤੁਸੀਂ ਇੱਕ ਪੂਰਨ ਰਾਜ ਦੇ ਮੁੱਖ ਮੰਤਰੀ ਜੀ, ਜੇਕਰ ਪੂਰਨ ਰਾਜ ਦੇ ਮੁੱਖ ਮੰਤਰੀ ਨੇ ਤੇ ਇੱਕ SSP ਨੂੰ ਵੀ ਬਦਲਣ ਵਾਸਤੇ ਜੇਕਰ ਤੁਸੀਂ ਆਪਣੀ ਹਾਈਕਮਾਨ ਵੱਲ ਵੇਖਣਾ ਤਾਂ ਫਿਰ ਤੁਸੀਂ ਕਹਦੇ ਮੁੱਖ ਮੰਤਰੀ ਜੀ। ਜੇਕਰ ਇੱਕ DC ਲਾਉਣਾ ਤਾਂ ਉਹ ਵੀ 3 ਬੰਦਿਆਂ ਦੇ ਵਿੱਚੋਂ ਕਿਸੇ ਇੱਕ ਦੇ ਫੋਨ ਤੇ ਆਉਣਾ, ਜੇਕਰ ਇੱਕ ਦਾ ਫੋਨ ਆਉਂਦਾ ਤੁਸੀਂ ਲਾਉਣ ਲੱਗਦੇ ਜੇ, ਦੂਜਾ ਕਹਿੰਦਾ ਤਾਂ ਨਹੀਂ ਲਾਉਣਾ ਤੇ ਫਿਰ ਤੁਸੀਂ ਬਣ ਜਾ, ਤੀਜਾ ਕਹਿੰਦਾ ਫਿਰ ਲਾਉਣਾ ਤੇ ਚੌਥੇ ਵਾਰੀ ਤੁਸੀਂ ਆਪਣਾ ਹੀ ਫੈਸਲਾ ਨਹੀਂ ਕਰ ਪਾਉਂਦੇ ਤਾਂ ਫਿਰ ਅਜਿਹੇ ਮੁੱਖ ਮੰਤਰੀਸ਼ਿਪ ਦਾ ਫਾਇਦਾ ਵੀ ਕੀ। ਕਹਿਣ ਦਾ ਅਰਥ ਇਹ ਆ ਕਿ ਤੁਸੀਂ ਇੱਕ ਪੂਰਨ ਰਾਜ ਦੇ ਮੁੱਖ ਮੰਤਰੀ ਜੀ, ਜਿਹੜੀਆਂ ਬਦਲੀਆਂ ਨੇ ਸਰਕਾਰ ਤੁਸੀਂ ਚਲਾਉਣੀ, ਅਫਸਰਸ਼ਾਹੀ ਕੋਲ ਕੰਮ ਤੁਸੀਂ ਲੈਣਾ, ਨਾ ਕਿ ਤੁਹਾਡੀ ਹਾਈਕਮਾਨ ਦੇ ਬੰਦਿਆਂ ਨੇ ਲੈਣਾ। ਬੀਤੇ ਸਮੇਂ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕਈ ਹੁੰਦੀਆਂ ਰਹੀਆਂ ਅਫਸਰਸ਼ਾਹੀ ਦੀਆਂ, ਪਤਾ ਲੱਗਾ ਕਿ ਦਿੱਲੀ ਦਰਬਾਰ ਦੇ ਇਸ਼ਾਰੇ ਤੇ ਹੁੰਦੀਆਂ ਰਹੀਆਂ ਜਾਂ ਉਹਨਾਂ ਦੀ ਮਰਜ਼ੀ ਨਾਲ ਹੁੰਦੀਆਂ ਰਹੀਆਂ, ਤੇ ਫਿਰ ਜਦੋਂ ਉਹਨਾਂ ਦੀ ਮਰਜ਼ੀ ਤੇ ਹੋਣਾ ਤਾਂ ਉਹ ਫਿਰ ਮੁੱਖ ਮੰਤਰੀ ਨੂੰ ਪੁੱਛਣਗੇ, ਕਿਉਂ ਉਹ ਸਿੱਧੀ ਰਿਪੋਰਟ ਜਿਹੜੀ ਆਪਣੀ ਹਾਈਕਮਾਨ ਨੂੰ ਜਾਂ ਜਿਹਨਾਂ ਦੇ ਇਸ਼ਾਰੇ ਤੇ ਉਹ ਲੱਗਦੇ ਰਹੇ ਉਹਨਾਂ ਨੂੰ ਉਹ ਕਰਦੇ ਰਹੇ। ਤਾਂ ਇਹ ਸਾਰੀ ਸਥਿਤੀ ਜਾਂ ਆ ਜੋ ਵੀ ਅਸੀਂ ਜਿਹੜੀ ਬਿਆਨ ਕੀਤੀ ਆ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਫਿਰ ਨਜ਼ਰ ਕਿੱਥੇ ਆਉਂਦੇ ਆ? ਮੁੱਖ ਮੰਤਰੀ ਸਾਹਿਬ ਜ਼ਰੂਰ ਸਟੇਜਾਂ ਤੇ ਇੱਕ ਦੂਜੇ ਨੂੰ ਭਾਂਡਾ ਦੇ ਨਜ਼ਰ ਆ ਸਕਦੇ ਆ, ਇੱਕ ਦੂਜੇ ਨੂੰ ਦਬਕੇ ਮਾਰਦੇ ਆ ਸਕਦੇ, ਇੱਕ ਹਾਸੇ ਹੋਣੀਆਂ ਗੱਲਾਂ ਕਰ ਸਕਦੇ ਆ, ਪਰ ਜਦੋਂ ਨੀਤੀਗਤ ਫੈਸਲੇ ਲੈਣੇ ਹੁੰਦੇ ਆ ਉਦੋਂ ਸਿੱਧੂ ਸਾਹਿਬ ਸ਼ਾਇਦ ਉਹ ਕਮਜ਼ੋਰ ਪੈ ਜਾਂਦੇ ਆ, ਤਾਂ ਫਿਰ ਉਹਨਾਂ ਨੂੰ ਦਿੱਲੀ ਵੱਲ ਵੇਖਣਾ ਪੈਂਦਾ, ਤੇ ਦਿੱਲੀ ਫਿਰ ਜਿਸ ਤਰੀਕੇ ਨਾਲ ਆਪਣੇ ਇਸ਼ਾਰਿਆਂ ਤੇ ਨਚਾਉਂਦਾ ਉਹ ਸਾਹਮਣੇ ਹੀ ਆ ਕਿ ਬੀਤੇ 1 ਮਹੀਨੇ ਤੋਂ ਅਸੀਂ ਇਹ ਚਰਚਾਵਾਂ ਜਿਹੜੀਆਂ ਕਰ ਰਹੇ ਜਾਂ ਸਾਡੇ ਤੱਕ ਇਹ ਜਾਣਕਾਰੀ ਪਹੁੰਚ ਰਹੀ ਹੈ ਕਿ ਅੱਜ ਲਿਸਟ ਜਾਰੀ ਹੋ ਜੂਗੀ, ਅੱਜ ਜਾਰੀ ਹੋ ਜੂਗੀ, ਪਰ ਹੁੰਦਾ ਕੁਝ ਨਹੀਂ ਹੈ। ਪਰ ਖੈਰ ਦੇਖੋ ਹੁਣ ਮੁੱਖ ਮੰਤਰੀ ਸਾਹਿਬ ਕਦੋਂ ਤੱਕ ਆਪਣੀ ਸਥਿਤੀ ਨੂੰ ਬਹਾਲ ਕਰਕੇ ਇਹ ਦੱਸਣ, ਪੰਜਾਬ ਦੇ ਲੋਕਾਂ ਨੂੰ ਦੱਸਣ ਪਾਉਣਗੇ ਕਿ ਹਾਂ ਭਾਈ ਪੰਜਾਬ ਦਾ ਅਸਲ ਮੁੱਖ ਮੰਤਰੀ ਮੈਂ ਆ, ਮੈਂ ਆਪਣੀ ਮਰਜ਼ੀ ਨਾਲ ਬਦਲੀਆਂ ਕਰਦਾ। ਪਰ ਲੱਗਦਾ ਨਹੀਂ ਕਿ ਅਜਿਹੀ ਸਥਿਤੀ ਸਿੱਧੂ ਸਾਹਿਬ ਦੇ ਨੇੜੇ ਦੇ ਭਵਿੱਖ ਦੇ ਵਿੱਚ ਨਜ਼ਰ ਆਵੇ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਆਪਣੀ ਮਰਜ਼ੀ ਦੇ ਨਾਲ ਨਿਰਧਾਰਿਤ ਬੰਦਿਆਂ ਨੂੰ ਅਹਿਮ ਪੋਸਟਾਂ ਤੇ ਲਾ ਸਕਣ। ਈਵਨ ਕਿ ਤੁਸੀਂ ਦੇਖ ਲਓ ਕਿ ਜਿਹੜੀ DGP ਦੀ ਪੋਸਟ ਆ ਉਹ ਵੀ ਲੋਕ ਚਰਚਾਵਾਂ 'ਚ ਨੇ, ਉਹ ਵੀ ਲੋਕ ਕਹਿੰਦੇ ਨੇ ਕਿ ਉਹ DGP ਜਿਹੜਾ ਲਾਇਆ ਉਹ ਵੀ ਦਿੱਲੀ ਹਾਈਕਮਾਨ ਦੀ ਮਰਜ਼ੀ ਦੇ ਉੱਤੇ ਹੀ ਕਾਰਜਕਾਰੀ ਜਾਂ ਕੰਮ ਚਲਾਉ ਤੌਰ ਤੇ ਜਿਹੜਾ ਉਹ ਚਲਾਇਆ ਆ। ਪੂਰਨ DGP ਲਾਉਣ ਦੀ ਜਿਹੜੀ ਸਮਰੱਥਾ ਮੁੱਖ ਮੰਤਰੀ ਸਾਹਿਬ ਸ਼ਾਇਦ ਦਿੱਲੀ ਦੇ ਇਸ਼ਾਰੇ ਦੇ ਕਹਿਣ ਤੇ ਨਹੀਂ, ਉਹ ਲਾ ਰਹੇ ਦਿੱਲੀ ਮੀਨਸ ਆਮ ਆਦਮੀ ਪਾਰਟੀ ਦੀ ਹਾਈਕਮਾਨ। ਸੋ ਅਸੀਂ ਕਹਿ ਸਕਦੇ ਹਾਂ ਕਿ ਆਉਂਦਿਆਂ ਦਿਨਾਂ 'ਚ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਕਮਜ਼ੋਰ ਪੈ ਰਹੇ ਆ ਔਰ ਹਾਈਕਮਾਨ ਜਿਸ ਤਰੀਕੇ ਨਾਲ ਮਜ਼ਬੂਤ ਹੋ ਰਹੀ ਆ ਪੰਜਾਬ ਦੇ ਵਿੱਚ, ਇਹਦਾ ਜਿਹੜਾ ਪ੍ਰਭਾਵ ਆ ਆਮ ਆਦਮੀ ਪਾਰਟੀ ਵਾਸਤੇ ਜਾਂ ਪੰਜਾਬ ਦੇ ਲੋਕਾਂ ਵਾਸਤੇ ਸਿੱਧੂ ਸਾਹਿਬ ਠੀਕ ਨਹੀਂ ਹੈਗਾ। ਬਾਕੀ ਦੇਖੋ ਆਉਂਦਿਆਂ ਦਿਨਾਂ 'ਚ ਮੁੱਖ ਮੰਤਰੀ ਸਾਹਿਬ ਆਪਣੀ ਇੱਛਾ ਸ਼ਕਤੀ ਕਿਸ ਹੱਦ ਤੱਕ ਵਿਖਾਉਂਦੇ ਜਾਂ ਕਿਸ ਹੱਦ ਤੱਕ ਨਹੀਂ ਵਿਖਾਉਂਦੇ, ਇਹ ਤਾਂ ਸਿੱਧੂ ਸਾਹਿਬ ਆਉਂਦਿਆਂ ਦਿਨਾਂ 'ਚ ਪਤਾ ਜਿਹੜਾ ਉਹ ਲੱਗੇਗਾ ਜੀ। ਚਲੋ ਇਹ ਤਾਂ ਫੈਸਲੇ ਐਨਕੀ ਸਾਹਿਬ ਉਹ ਸੀ ਜਿਹੜੇ ਦਿੱਲੀ ਹਾਈਕਮਾਨ ਦੇ ਕਰਕੇ ਚਲੋ ਭਗਵੰਤ ਮਾਨ ਨੂੰ ਰੋਕਣੇ ਪੈਂਦੇ ਆ, ਪਰ ਜਿੱਥੇ ਮੁੱਖ ਮੰਤਰੀ ਨੇ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈਣੇ ਆ, ਫੈਸਲੇ ਤਾਂ ਮੁੱਖ ਮੰਤਰੀ ਸਾਹਿਬ ਉੱਥੇ ਵੀ ਨਹੀਂ ਲੈ ਪਾ ਰਹੇ ਜਿਹੜੇ ਕਿ ਕਮਜ਼ੋਰੀ ਜ਼ਾਹਿਰ ਕਰਦੇ ਆ ਜਾਂ ਫਿਰ
ਇਹ ਗੱਲ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਰਹੇ ਅੱਗੇ ਵੀ ਔਰ ਕੱਲ ਵੀ ਉਹਨਾਂ ਨੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਨਹਿਰ ਦਾ ਉਦਘਾਟਨ ਕਰਨਾ ਸੀ। ਚਾਹੀਦਾ ਤਾਂ ਇਹ ਸੀ ਕਿ ਕੁਝ ਲੋਕ ਚਲੋ ਕਹਿੰਦੇ ਸੀ ਕਿ ਭਾਈ ਇਹ ਸਰਕਾਰ ਦਾ ਇੱਕ ਚੰਗਾ ਕਦਮ ਹੈਗਾ, ਪੋਜ਼ਿਟਿਵ ਕੰਮ ਕਰਨ ਗਏ ਮੁੱਖ ਮੰਤਰੀ ਨੇ, ਫਿਰ ਉੱਥੇ ਜਾ ਕੇ ਨਹਿਰ ਦਾ ਉਦਘਾਟਨ ਕਰਨ ਗਏ, ਨੈਗੇਟਿਵ ਗੱਲ ਕਰ ਦਿੱਤੀ। ਉੱਥੇ ਚਾਹੀਦਾ ਤਾਂ ਇਹ ਸੀ ਉੱਥੇ ਫਾਇਦੇ ਗਿਣਾਉਂਦੇ ਸਿਰਫ ਭਾਈ ਵੀ ਆਹ ਫਾਇਦੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਅਸੀਂ ਆਹ ਫਾਇਦਿਆਂ ਵਾਲੇ ਕੰਮ ਤੁਹਾਡੇ ਲਈ ਹੋਰ ਲੈ ਕੇ ਆ ਰਹੇ ਹਾਂ। ਉੱਥੇ ਫੇਰ ਮੁੱਖ ਮੰਤਰੀ ਨੂੰ ਆਦਤ ਹੈ ਲੋਕਾਂ ਨੂੰ ਭੰਡਣ ਦੀ, ਕਿਉਂਕਿ ਹੁਣ ਆਦਤ ਬਣ ਚੁੱਕੀ ਹੈ, ਕਿਉਂਕਿ ਪਹਿਲਾਂ ਕੈਸਟਾਂ ਦੇ ਵਿੱਚ ਵੀ ਲੋਕਾਂ ਨੂੰ ਭੰਡਦੇ ਸੀ, ਭੰਡ ਕੇ ਲੋਕਾਂ ਨੂੰ ਹਸਾਉਂਦੇ ਸੀ, ਹੁਣ ਮੁੱਖ ਮੰਤਰੀ ਬਣ ਗਏ ਆ ਤੇ ਹੁਣ ਵੀ ਉਹਨਾਂ ਨੇ ਉਹੀ ਕੰਮ ਚਾਲੂ ਰੱਖਿਆ ਹੋਇਆ ਸਟੇਜ ਤੋਂ ਕਿ ਭਾਈ ਲੋਕ ਹੱਸਣ ਤੇ ਲੋਕ ਫਲਾਨਾ ਕਰਨ ਢਮਕਾਨਾ ਕਰਨ, ਤੇ ਫਿਰ ਉੱਥੇ ਨੈਗੇਟਿਵ ਗੱਲ ਕਰਤੀ, ਪੋਜ਼ਿਟਿਵ ਕੰਮ ਕਰਨ ਗਿਆ ਨੇ ਕਹਿੰਦੇ ਜੀ ਕਿ ਅਸੀਂ ਬਾਦਲਾਂ ਦੇ ਫਾਰ ਜਿਹੜੇ ਉਹ ਜਿਹੜਾ ਸੁੱਖ ਵਿਲਾਸ ਆ ਉਹਦੇ ਕਾਗਜ਼ ਜਿਹੜੇ ਅਸੀਂ ਕੱਢ ਲਏ ਆ ਤੇ ਜਲਦੀ ਅਸੀਂ ਜਿਹੜਾ ਉਹਦੇ ਤੇ ਖੁਸ਼ਖਬਰੀ ਦੇਵਾਂਗੇ ਲੋਕਾਂ ਨੂੰ। ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਕਾਹਦੀ ਹੋਣੀ ਹੈ? ਔਰ ਦੂਜੇ ਪਾਸਿਓਂ ਉਹਨਾਂ ਦਾ ਕਹਿਣ ਦਾ ਭਾਵ ਤਾਂ ਇਹ ਸੀ ਵੀ ਅਸੀਂ ਕਾਰਵਾਈ ਕਰਾਂਗੇ, ਔਰ ਦੂਜੇ ਪਾਸਿਓਂ ਫਿਰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਹੋਣਾ ਨੇ ਚੈਲੰਜ ਕਰਤਾ ਸੁਖਬੀਰ ਬਾਦਲ ਦੇ ਵੱਲੋਂ। ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਇੱਧਰ ਦੀਆਂ ਉੱਧਰਲੀਆਂ ਗੱਲਾਂ ਛੱਡੋ, ਹੁਣ ਸਿੱਧਾ ਮੁੱਦੇ ਤੇ ਆਓ ਕਿ ਕਾਰਵਾਈ ਕਰਕੇ ਦਿਖਾਓ, ਵਿਜੀਲੈਂਸ ਤੁਹਾਡੇ ਕੋਲੇ ਆ, ਏਜੰਸੀਆਂ ਤੁਹਾਡੇ ਕੋਲੇ ਆ, ਕਾਗਜ਼ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੱਢ ਲਏ ਆ, ਹੁਣ ਦੇਰ ਕਿਸ ਗੱਲ ਦੀ ਆ? ਹੁਣ ਕਾਰਵਾਈ ਕਰਕੇ ਦਿਖਾਓ। ਫਿਰ ਮੁੱਖ ਮੰਤਰੀ ਸਾਹਿਬ ਕਾਰਵਾਈ ਕਰਦੇ ਕਿਉਂ ਨਹੀਂ? ਪਿਛਲੇ 2.5 ਸਾਲਾਂ ਤੋਂ ਇਹ ਕਹਿ ਰਹੇ ਆ ਕਿ ਮੈਂ ਕਾਗਜ਼ ਮੰਗਾ ਰਿਹਾ, ਕਾਗਜ਼ ਮੈਂ ਲੈ ਆਂਦੇ, ਚੰਨੀ ਨੇ 2 ਕਰੋੜ ਰੁਪਇਆ ਰਿਸ਼ਵਤ ਲਈ, ਮਜੀਠੀਏ ਦੇ ਘੋੜੇ ਉੱਥੇ ਸੀ, ਫਲਾਨੇ ਨੇ ਆਹ ਕਰਤਾ ਸੀ, ਮੈਂ ਕਾਗਜ਼ ਕੱਢ ਲਏ। ਮੁੱਖ ਮੰਤਰੀ ਸਾਹਿਬ ਕਰਦੇ ਕਿਉਂ ਇਕੱਲੇ ਕਾਗਜ਼, ਕਾਗਜ਼ਾਂ ਤੇ ਕਾਰਵਾਈ ਕਰਦੇ ਕਿਉਂ ਨਹੀਂ? ਗੱਲ ਤਾਂ ਇਹ ਆ, ਹੁਣ ਤੱਕ ਲਈ ਚੈਲੰਜ ਕਰੀ ਜਾਂਦੇ ਆ, ਹੁਣ ਤੱਕ ਲਈ ਥਾਪੀਆਂ ਮਾਰੀ ਜਾਂਦੇ ਆ ਕਿ ਭਾਈ ਠੀਕ ਆ ਕਰਕੇ ਦਿਖਾ ਕਾਰਵਾਈ। ਹੁਣ ਜੇ ਮੁੱਖ ਮੰਤਰੀ ਕਾਰਵਾਈ ਨਹੀਂ ਕਰਦੇ, ਮੈਨੂੰ ਲੱਗਦਾ ਕਿ ਹੁਣ ਫਿਰ ਮੁੱਖ ਮੰਤਰੀ ਨੂੰ ਦੁਬਾਰਾ ਕਦੇ ਕਾਗਜ਼ਾਂ ਵਾਲੀ ਗੱਲ ਕਰਨੀ ਨਹੀਂ ਚਾਹੀਦੀ। ਮੈਂ ਫਿਰ ਗੱਲ ਦੁਹਰਾ ਰਿਹਾ, ਮੁੱਖ ਮੰਤਰੀ ਨੇ ਕੱਲ ਚੈਲੰਜ ਕਰ ਦਿੱਤਾ ਕਿ ਭਾਈ ਮੈਂ ਕਾਗਜ਼ ਕਢਾ ਲਿਆ ਸੁੱਖ ਵਿਲਾਸ ਦੇ ਤੇ ਹੁਣ ਇਹਦੇ ਤੇ ਖੁਸ਼ਖਬਰੀ ਦੇਵਾਂਗੇ, ਭਾਵ ਕੇ ਕਾਰਵਾਈ ਕਰਾਂਗੇ। ਦੂਜੇ ਪਾਸੇ ਉਹ ਅਕਾਲੀ ਦਲ ਨੇ ਥਾਪੀ ਮਾਰਦੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿ ਭਾਈ ਹੁਣ ਜੇ ਤੂੰ ਕਾਗਜ਼ ਕੱਢ ਹੀ ਲਏ ਆ ਤਾਂ ਫਿਰ ਹੁਣ ਤੂੰ ਕਾਰਵਾਈ ਕਰਕੇ ਦਿਖਾ, ਇਧਰਲੀਆਂ ਉਧਰਲੀਆਂ ਗੱਲਾਂ ਛੱਡ, ਕਾਗਜ਼ ਕੱਢ ਲਏ ਆ, ਵਿਜੀਲੈਂਸ ਤੇਰੀ ਹੈ, ਪੁਲਿਸ ਤੇਰੀ ਹੈ, ਤੂੰ ਕਾਰਵਾਈ ਕਰ, ਕਰਕੇ ਦਿਖਾ ਕਾਰਵਾਈ ਜੇ ਹਿੰਮਤ ਹੈ, ਜੇ ਲੱਤਾਂ 'ਚ ਜਾਨ ਹੈ। ਹੁਣ ਮੁੱਖ ਮੰਤਰੀ ਸਾਹਿਬ ਨੂੰ ਫਿਰ ਕਾਰਵਾਈ ਕਰ ਦੇਣੀ ਚਾਹੀਦੀ ਹੈ, ਮੁੱਖ ਮੰਤਰੀ ਸਾਹਿਬ ਨੂੰ ਡਿਲੇ ਨਹੀਂ ਕਰਨਾ ਚਾਹੀਦਾ, ਅਗਲੇ ਥਾਪੀਆਂ ਮਾਰੀ ਜਾਂਦੇ ਆ ਤੇ ਜੇ ਮੁੱਖ ਮੰਤਰੀ ਸਾਹਿਬ ਕਾਰਵਾਈ ਨਹੀਂ ਕਰ ਲੈ ਸਕਦੇ ਤਾਂ ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਮਾਫ਼ੀ ਮੰਗ ਕੇ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਮੈਂ ਭਾਈ ਸਿਰਫ ਦੂਜਿਆਂ ਨੂੰ ਭੰਡਣ ਦੇ ਲਈ ਝੂਠ ਹੀ ਬੋਲਦਾ ਰਿਹਾ, ਆਪਣੇ ਫਾਇਦੇ ਦੇ ਲਈ ਝੂਠ ਹੀ ਬੋਲਦਾ ਰਿਹਾ, ਕੋਈ ਮੇਰੇ ਕੋਲੇ ਕਾਗਜ਼ ਨਹੀਂ, ਕੋਈ ਉਹਦੇ 'ਚ ਕਾਮੀ ਨਹੀਂ, ਤੇ ਜੇ ਕਾਰਵਾਈ ਨਹੀਂ ਕਰਦੇ ਫਿਰ ਕਾਰਵਾਈ ਜੇ ਕੁਝ ਹੈਗੀ ਹੈ ਗੱਲਬਾਤ ਤਾਂ ਕਾਰਵਾਈ ਕਰ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਸਾਹਿਬ ਕੀ ਲੱਗਦਾ ਕਾਰਵਾਈ ਕਰ ਸਕਣ? ਸੁਖਿੰਦਰ ਜੀ, ਮੁੱਖ ਮੰਤਰੀ ਸਾਹਿਬ ਨੇ ਕੱਲ੍ਹ ਇਹ ਜਿਹੜਾ ਬਿਆਨ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਜਲਦੀ ਖੁਸ਼ਖਬਰੀ ਜਿਹੜੀ ਦੇਣ ਜਾ ਰਿਹਾ, ਹੁਣ ਬੰਦਾ ਪੁੱਛੇ ਕਿ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਨਾਲ ਮੇਰਾ ਜਾਂ ਆਮ ਸਧਾਰਨ ਲੋਕਾਂ ਦਾ ਕੀ ਸੰਬੰਧ ਆ, ਕਿ ਉਹ ਕਿਹੜੇ ਤਰੀਕੇ ਨਾਲ ਬਣਿਆ ਜਾਂ ਕਿਸ ਤਰੀਕੇ ਨਾਲ ਨਹੀਂ ਬਣਿਆ, ਉਸ ਤਾਂ ਮੈਨੂੰ ਜਾਂ ਆਮ ਵਿਅਕਤੀ ਨੂੰ ਕੀ ਨੁਕਸਾਨ ਸੇਤੂ ਸਾਹਿਬ ਹੋ ਸਕਦਾ, ਮੇਰੇ ਵਾਸਤੇ ਉਹ ਕਾਹਦੀ ਖੁਸ਼ਖਬਰੀ ਹੋ ਸਕਦੀ ਹੈ? ਮੇਰੇ ਵਾਸਤੇ ਤਾਂ ਖੁਸ਼ਖਬਰੀ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਇਹ ਹੋ ਸਕਦੀ ਹੈ ਕਿ ਹਾਂ ਵੀ ਪੰਜਾਬ ਦੇ ਲੋਕਾਂ ਵਾਸਤੇ ਅਸੀਂ ਇਹ ਕਰ ਰਹੇ ਹਾਂ, ਪੰਜਾਬ ਦੇ ਲੋਕਾਂ ਵਾਸਤੇ ਇਹ ਕਰ ਰਹੇ ਹਾਂ, ਪੰਜਾਬ ਦੇ ਗਰੀਬਾਂ ਵਾਸਤੇ ਇਹ ਕਰ ਰਹੇ ਹਾਂ, ਨੌਕਰੀਆਂ ਅਸੀਂ ਕੱਢ ਰਹੇ ਹਾਂ, ਖੁਸ਼ਖਬਰੀ ਤਾਂ ਪੰਜਾਬ ਦੇ ਲੋਕਾਂ ਵਾਸਤੇ ਇਹ ਹੈਗੀ ਹੈ। ਕੱਲ੍ਹ ਠੀਕ ਆ ਕਿ ਤੁਸੀਂ ਬਹੁਤ ਵਧੀਆ ਇੱਕ ਨਹਿਰ ਖੋਦਣ ਦਾ ਪ੍ਰੋਗਰਾਮ ਜਾਂ ਨਹਿਰ ਪੁੱਟਣ ਦੀ ਅਲੱਗ ਜਿਹੜੀ ਕਰ ਰਹੇ ਜੇ, ਨਹਿਰ ਬਣਾਉਣ ਦੀ ਗੱਲ ਕਰ ਰਹੇ ਜੇ, ਇਹ ਪੰਜਾਬ ਦੇ ਲੋਕਾਂ ਵਾਸਤੇ ਖੁਸ਼ਖਬਰੀ ਹੈ, ਪਰ ਦੂਜੇ ਪਾਸੇ ਤੁਹਾਡੀ ਇਸ ਨਹਿਰ ਦੇ ਸੰਬੰਧੀ ਵੀ ਕਈ ਤਰੀਕੇ ਦੇ ਸੋਸ਼ਲ ਮੀਡੀਆ ਦੇ ਉੱਤੇ ਕਈ ਜਿਹੜੀਆਂ ਖਬਰਾਂ ਜਿਹੜੀਆਂ ਚੱਲ ਰਹੀਆਂ ਕਿ ਤੁਸੀਂ ਇਹ ਕਰ ਹੀ ਨਹੀਂ ਸਕਦੇ ਕਿਉਂਕਿ ਇਸ ਦੀ ਮਨਜ਼ੂਰੀ ਜਿਹੜੀ ਹੈ ਤੁਸੀਂ ਕੇਂਦਰ ਸਰਕਾਰ ਪਾਸੋਂ ਲੈਣੀ ਹੈ, ਕੇਂਦਰ ਸਰਕਾਰ ਨੇ ਤੁਹਾਨੂੰ ਦੇਣੀ ਨਹੀਂ, ਬਹੁਤ ਗੱਲਾਂ ਇੱਦਾਂ ਦੀ। ਪਰ ਖੈਰ, ਜਿਹੜਾ ਪ੍ਰਸ਼ਨ ਤੁਸੀਂ ਕੀਤਾ ਉਹ ਸੁੱਖ ਵਿਲਾਸ ਦੇ ਸੰਬੰਧ ਵਿੱਚ ਜਾਂ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੀ ਗੱਲ ਕੀਤੀ ਉਹਦੇ ਸੰਬੰਧ ਵਿੱਚ ਹੈਗਾ। ਸਿੱਧੂ ਸਾਹਿਬ, ਮੁੱਖ ਮੰਤਰੀ ਸਾਹਿਬ ਦਾ ਇਹ
ਵਰਤਾਰਾ ਕੋਈ ਨਵਾਂ ਤਾਂ ਹੈ ਨਹੀਂ। ਬੀਤੇ ਲੰਮੇ ਸਮੇਂ ਦੇ ਵਿੱਚ ਉਹਨਾਂ ਨੇ ਕਈ ਕੁਝ ਕੀਤਾ, ਕਦੇ ਚੰਨੀ ਦੇ ਬੰਦੇ ਨੂੰ ਚੰਨੀ ਦੇ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ, ਤਾਂ ਅਜੇ ਪ੍ਰੈਸ ਕਾਨਫਰੰਸ ਕੀਤਿਆਂ 10 ਮਿੰਟ ਮੀਟਿੰਗ ਸੀ ਹੋਈ ਤਾਂ ਚਰਨਜੀਤ ਸਿੰਘ ਚੰਨੀ ਹੁਣੀ ਦੁਬਾਰਾ ਪੇਸ਼ ਹੋ ਗਏ ਪ੍ਰੈਸ ਕਾਨਫਰੰਸ, ਉਹਨਾਂ ਨੇ ਵੀ ਕੀਤੀ, ਨਾਲ ਮੇਰਾ ਖਿਆਲ ਪ੍ਰਤਾਪ ਸਿੰਘ ਬਾਜਵਾਈ ਉਹਨਾਂ ਨੇ ਕਿਹਾ ਕਿ ਆਹ ਤੱਥ ਜੇ ਗੱਲ ਕਰੋ। ਤਾਂ ਜਦੋਂ ਇੰਨੇ ਵੱਡੇ ਰਿਸ਼ਵਤ ਦੇ ਇਲਜ਼ਾਮ ਸੀ ਉਹਦੇ ਬੰਦੇ ਦੇ ਉੱਤੇ ਤੁਹਾਡੇ ਕੋਲ ਲੱਗੇ, ਚਰਨਜੀਤ ਸਿੰਘ ਚੰਨੀ 'ਤੇ ਤਾਂ ਤੁਸੀਂ ਪਰਚਾ ਦਰਜ ਨਹੀਂ ਕਰ ਸਕੇ, ਉਹ ਬੰਦਾ ਇੰਨੇ ਇਲਜ਼ਾਮਾਂ ਦੇ ਬਾਵਜੂਦ ਵੀ ਜਲੰਧਰ ਦੇ ਵਿੱਚ ਤਗੜੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ ਦਾ ਉਹ ਮੈਂਬਰ ਬਣ ਜਾਂਦਾ, ਤਾਂ ਤੁਸੀਂ ਫਿਰ ਠੁੱਸ ਰਹਿ ਜਾਂਦੇ ਜੇ, ਫਿਰ ਤੁਹਾਡੇ ਉਹਨਾਂ ਬਿਆਨਾਂ ਦਾ ਜਾਂ ਉਸ ਪ੍ਰੈਸ ਕਾਨਫਰੰਸ ਦਾ ਕੀ ਬਣਿਆ? ਆਪਣੇ ਆਪ 'ਚ ਪ੍ਰਸ਼ਨ ਹੈਗਾ। ਬਿਕਰਮ ਸਿੰਘ ਮਜੀਠੀਏ ਦੇ ਵਾਰਸਾਂ ਨੇ ਘੋੜੇ ਲਿਆਂਦੇ, ਕਿੱਥੇ ਖਰੀਦੇ, ਨਹੀਂ ਲਿਆਂਦੇ, ਨਾ ਉਹਦਾ ਤੁਹਾਨੂੰ ਕੋਈ ਫਾਇਦਾ, ਨਾ ਕੋਈ ਉਸਦਾ ਮੈਨੂੰ ਫਾਇਦਾ ਤਾਂ, ਨਾ ਪੰਜਾਬ ਦੀ ਜਨਤਾ ਨੂੰ ਫਾਇਦਾ। ਪਰ 4 ਦਿਨ ਬਿਆਨ ਦੇ ਕੇ ਤੁਸੀਂ ਪਤਾ ਨਹੀਂ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੀ ਕੱਟਿਆ, ਇਹ ਵੀ ਅੱਜ ਤੱਕ ਜਿਹੜੀ ਆ ਸਮਝ ਨਹੀਂ ਆਈ। ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਸੁੱਖ ਵਿਲਾਸ ਦੇ ਸੰਬੰਧੀ ਜਿਹੜੇ ਕਾਗਜ਼ ਮੇਰੇ ਕੋਲ ਆ ਗਏ ਨੇ ਜਲਦੀ ਜਨਤਕ ਕਰ ਦਿਆਂਗਾ। ਇਹ ਸਟੇਟਮੈਂਟ ਅੱਜ ਤੋਂ 3 ਜਾਂ 4 ਮਹੀਨੇ ਪਹਿਲਾਂ ਵੀ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਜਦੋਂ ਸੁੱਖ ਵਿਲਾਸ ਦੇ ਸੰਬੰਧੀ ਰੌਣਾ ਪਿਆ। ਅੱਗੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਕਹਿੰਦੇ ਕਿ ਠੀਕ ਆ ਭਾਈ ਆਪ ਕੇ ਕਾਰਵਾਈ ਕਰ, ਸਭ ਕੁਛ ਤੇਰਾ। ਸਿੱਧੂ ਸਾਹਿਬ, ਇੱਥੇ ਗੱਲ ਇਹ ਬਣਦੀ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਇਹ ਬਿਆਨ ਹੁੰਦੇ ਆ, ਇਹ ਬਿਆਨ ਇੱਕ ਮੁੱਖ ਮੰਤਰੀ ਵਾਲੇ ਬਿਆਨ ਨਹੀਂ, ਮੈਂ ਜ਼ਿਆਦਾ ਗੱਲ ਨਹੀਂ ਕਰਦਾ ਕਿ ਕਰੋ ਜਾਂ ਨਾ ਕਰੋ, ਇਹ ਜਿਹੜੇ ਬਿਆਨ ਹੁੰਦੇ ਨੇ ਸਿੱਧੂ ਸਾਹਿਬ ਇਹ ਮੁੱਖ ਮੰਤਰੀ ਵਾਲੇ ਬਿਆਨ ਨਹੀਂ ਆ, ਇਹ ਕਿਸੇ ਪਾਰਟੀ ਦੇ ਪ੍ਰਧਾਨ ਦੇ ਬਿਆਨ ਜਿਹੜੇ ਜ਼ਰੂਰ ਹੋ ਸਕਦੇ ਆ, ਉਹ ਪ੍ਰਧਾਨ ਜਿਸ ਦੀ ਪਾਰਟੀ ਸੱਤਾ ਦੇ ਵਿੱਚ ਹੋਵੇ। ਤੇ ਫਿਰ ਸਿੱਧੂ ਸਾਹਿਬ, ਮੈਨੂੰ ਇਹ ਵੀ ਲੱਗਦਾ ਕਿ ਕਈ ਵਾਰ ਉਹਨਾਂ ਪ੍ਰਧਾਨਾਂ ਨੇ ਵੀ ਕਦੇ ਇਹੋ ਜਿਹੇ ਬਿਆਨ ਜਿਹੜੇ ਨਹੀਂ ਦਿੱਤੇ ਹੁੰਦੇ ਕਿ ਕਿਤੇ ਹਾਂ ਵੀ ਸਰਕਾਰ ਦੇ ਉੱਤੇ ਗਲਤ ਪ੍ਰਭਾਵ ਨਾ ਪਵੇ, ਵਿਰੋਧੀ ਧਿਰ ਇਹਦੇ ਉੱਤੇ ਸਵਾਲ ਲਾ ਚੁੱਕੇ। ਤੇ ਜਦੋਂ ਫਿਰ ਮੁੱਖ ਮੰਤਰੀ ਸਾਹਿਬ ਆਪ ਹੀ ਮੁੱਖ ਮੰਤਰੀ ਦੀ ਮਰਿਆਦਾ ਨੂੰ ਛੱਡ ਕੇ ਅਜਿਹੇ ਬਿਆਨ ਦਓਗੇ, ਤਾਂ ਸਿੱਧੂ ਸਾਹਿਬ ਫਿਰ ਮੁੱਖ ਮੰਤਰੀ ਦੀ ਹੈਸੀਅਤ ਦੇ ਉੱਤੇ, ਉਹਨਾਂ ਦੀ ਸਥਿਤੀ ਦੇ ਉੱਤੇ, ਉਹਨਾਂ ਦੇ ਉਸ ਮਾਹੌਲ ਦੇ ਉੱਤੇ ਪ੍ਰਸ਼ਨ ਜਿਹੜੇ ਉੱਠਣੇ ਵਾਜਬ ਹੋਣਗੇ। ਫਿਰ ਤੁਹਾਡੀ ਕਹਿਣੀ ਤੇ ਕਥਨੀ 'ਚ ਅੰਤਰ ਜਿਹੜਾ ਸਿੱਧੂ ਸਾਹਿਬ ਲੋਕ ਪਛਾਣਨ ਸ਼ੁਰੂ ਕਰ ਦਿੰਦੇ ਆ ਕਿ ਹਾਂ ਵੀ ਤੁਸੀਂ ਉਦੋਂ ਵੀ ਉਹ ਗੱਲ ਕਹੀ ਸੀ, ਤੁਸੀਂ ਉਦੋਂ ਵੀ ਇਹ ਗੱਲ ਕਹੀ ਸੀ, ਕੀਤਾ ਤਾਂ ਫਿਰ ਕੱਖ ਨਹੀਂ, ਤਾਂ ਫਿਰ ਤੁਹਾਡੇ ਕਿਹੜੇ ਬਿਆਨਾਂ ਨੂੰ ਅਸੀਂ ਸੱਚ ਮੰਨੀਏ? ਤੁਸੀਂ ਸੁਖਬੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਤੇ ਕਾਰਵਾਈ ਕਰਦੇ ਜੇ, ਨਹੀਂ ਕਰਦੇ, ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਫਰਕ ਨਹੀਂ, ਨਾ ਕੋਈ ਮਤਲਬ ਹੈਗਾ। ਹਾਂ, ਪਰ ਜੇਕਰ ਤੁਸੀਂ ਬਿਆਨ ਦੇ ਕੇ, ਇਹੋ ਜਿਹੇ ਬਿਆਨ ਦੇ ਕੇ, ਚਾਹੇ ਚਰਨਜੀਤ ਸਿੰਘ ਚੰਨੀ ਦੇ ਸੰਬੰਧ ਵਿੱਚ ਹੋਣ, ਚਾਹੇ ਬਿਕਰਮ ਸਿੰਘ ਜੀਠੀ ਦੇ ਸੰਬੰਧ ਵਿੱਚ ਹੋਣ, ਤੇ ਚਾਹੇ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਵਿੱਚ ਹੋਣ, ਜੇਕਰ ਤੁਸੀਂ ਬਿਆਨ ਦੇ ਕੇ ਕੋਈ ਕਾਰਵਾਈ ਨਹੀਂ ਕਰਦੇ, ਅਗਲੇ ਨੂੰ ਫਰਕ ਨਹੀਂ ਪੈਂਦਾ, ਖੋਰਾ ਜਿਹੜਾ ਤੁਹਾਡੀ ਸ਼ਖਸੀਅਤ ਨੂੰ ਲੱਗਦਾ, ਤੁਹਾਡੇ ਦਮ ਤੇ ਲੱਗਦਾ ਕਿ ਹਾਂ ਵੀ ਕੇਵਲ ਤੁਸੀਂ ਲੋਕਾਂ ਤੇ ਚਿੱਕੜ ਸੁੱਟਣਾ ਜਾਣਦੇ ਜੇ, ਸਾਫ਼ ਕਰਦਾ ਨਹੀਂ ਜਾਣਦੇ, ਤੇ ਨਾ ਹੀ ਉਸਨੂੰ ਗਾਂਹ ਤੱਕ ਪਹੁੰਚਾਉਣਾ ਜਾਣਦੇ ਜੇ। ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਆਪਣੇ ਉਸ ਅਹੁਦੇ ਦੀ ਮਰਿਆਦਾ ਦਾ ਧਿਆਨ ਜ਼ਰੂਰ ਰੱਖਣ, ਤੇ ਜੇ ਫਿਰ ਬਿਆਨ ਦੇਣੇ ਆ, ਇਹੋ ਜਿਹੀ ਗੱਲਬਾਤ ਕਰਨੀ ਆ, ਤਾਂ ਫਿਰ ਉਹਦੇ ਉੱਤੇ ਕਾਰਵਾਈ ਸਿੱਧੂ ਸਾਹਿਬ ਜ਼ਰੂਰ ਹੋਣੀ ਚਾਹੀਦੀ ਆ, ਚਾਹੇ ਉਹ ਕਾਰਵਾਈ ਸੁੱਖ ਵਿਲਾਸ ਦੇ ਖਿਲਾਫ਼ ਤੇ ਹੋਵੇ, ਚਾਹੇ ਕਿਸੇ ਅਖ਼ਬਾਰ ਦੇ ਸੰਪਾਦਕ ਦੇ ਖਿਲਾਫ਼ ਹੋਵੇ, ਚਾਹੇ ਕਿਸੇ ਦੇ ਖਿਲਾਫ਼ ਹੋਵੇ, ਫਿਰ ਕਾਰਵਾਈ ਕਰਕੇ ਦੱਸੋ। ਫਿਰ ਇਹ ਝੂਠੇ ਬਿਆਨਬਾਜ਼ੀ ਦੇ ਕੇ ਘੱਟੋ ਘੱਟ ਮੁੱਖ ਮੰਤਰੀ ਦਾ ਜਿਹੜਾ ਇੱਕ ਵਕਾਰੀ ਅਹੁਦਾ ਆ, ਉਹਨੂੰ ਹਾਸੇ ਦਾ ਪਾਤਰ ਜਿਹੜਾ ਸਿੱਧੂ ਸਾਹਿਬ ਨਹੀਂ ਬਣਾਉਣਾ ਚਾਹੀਦਾ। ਮੁੱਖ ਮੰਤਰੀ ਦੇ ਸਲਾਹਕਾਰਾਂ ਨੂੰ ਇਹ ਗੱਲ ਜਿਹੜੀ ਆ, ਜ਼ਰੂਰ ਸਲਾਹ ਜਿਹੜੀ ਆ, ਦੇ ਦੇਣੀ ਚਾਹੀਦੀ। ਜੀ, ਕੱਲ ਨੀਤੀ ਆਯੋਗ ਦੀ ਬੈਠਕ ਸੀ, ਮੁੱਖ ਮੰਤਰੀ ਪੰਜਾਬ ਨੇ ਉਹਦੇ ਜਿਹੜਾ ਬਾਈਕਾਟ ਕੀਤਾ, ਸੂਬੇ ਕੁਝ ਹੋਰ ਵੀ ਨੇ ਜਿਨ੍ਹਾਂ ਨੇ ਬਾਈਕਾਟ ਕੀਤਾ, ਤੇ ਕੱਲ ਮਮਤਾ ਬੈਨਰਜੀ ਪਰ ਉਸ ਮੀਟਿੰਗ ਦੇ ਵਿੱਚ ਗਏ ਸੀ, ਪਰ ਉਹ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਬੋਲਦੀ ਸੀ ਤੇ ਮਾਈਕ ਬੰਦ ਕਰ ਦਿੱਤਾ, ਤੇ ਉਹਨਾਂ ਨੇ ਵੀ ਮੀਟਿੰਗ ਦਾ ਬਾਈਕਾਟ ਕਰਕੇ ਬਾਅਦ ਦੇ ਵਿੱਚ ਬਾਹਰ ਆ ਗਏ। ਮਮਤਾ ਬੈਨਰਜੀ ਉਹਨਾਂ ਨੇ ਆਪਣੀ ਸ਼ਮੂਲੀਅਤ ਵੀ ਦਰਜ ਕਰਾ ਦਿੱਤੀ, ਬਾਈਕਾਟ ਵੀ ਕਰਾ ਤਾ, ਤੇ ਨਾਲ ਹੀ ਨਾਲ ਉਹਨਾਂ ਨੇ ਸ਼ੀਸ਼ਾ ਵੀ ਭਾਜਪਾ ਦੇ ਲੀਡਰਾਂ ਨੂੰ ਦਿਖਾ ਤਾ। ਔਰ ਇਹ ਵੀ ਗੱਲ ਦਰਸਾਤੀ ਆ ਕਿ ਭਾਈ ਮੇਰੇ ਮੂਹਰੇ ਕੋਈ ਵੀ ਬੈਠਾ ਹੋਵੇ, ਮੈਂ ਆਪਣੇ ਸੂਬੇ ਪ੍ਰਤੀ, ਮੈਂ ਆਪਣੇ ਲੋਕਾਂ ਪ੍ਰਤੀ ਪਹਿਲਾਂ ਇਮਾਨਦਾਰ ਹਾਂ, ਬਾਕੀ ਮੇਰੇ ਸਾਹਮਣੇ ਭਲਾਂ ਕੋਈ ਵੀ ਬੈਠਾ ਹੋਵੇ। ਇਹ ਗੱਲਾਂ ਸਾਡੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ, ਦੂਜੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਵੀ ਸਮਝ ਲੈਣੀਆਂ ਚਾਹੀਦੀਆਂ ਕਿ ਕੱਲੀਆਂ ਛਿੱਟੇਮਾਰੀ ਦੇ ਨਾਲ ਕੁਛ ਨਹੀਂ ਹੋਣਾ, ਜ਼ਰੂਰਤ ਵੀ ਆਪਣੇ ਸੂਬੇ ਦੀ, ਆਪਣੇ ਪੰਜਾਬ ਦੇ ਲੋਕਾਂ ਦੇ ਲਈ ਦਿਖਾਉਣੀ ਪਊਗੀ। ਜਿੱਥੇ ਤੋਂ ਵੀ ਤੁਸੀਂ ਮੁੱਖ ਮੰਤਰੀ ਆਪੋ, ਆਪਣੇ ਸੂਬੇ ਦੇ ਲੋਕਾਂ ਪ੍ਰਤੀ ਦਿਖਾਉਣੀ ਪਊਗੀ। ਤਾਂ
ਉੱਥੇ ਜਾ ਕੇ ਮਮਤਾ ਬੈਨਰਜੀ ਨੇ ਤਾਂ ਉਵੇਂ ਕਰਤਾ, ਵਿਰੋਧ ਵੀ ਦਰਜ ਕਰਾਤਾ ਤੇ ਗੱਲ ਵੀ ਉਹਨਾਂ ਨੇ ਰੱਖ ਦਿੱਤੀ ਕਿ ਭਾਈ ਸਾਡੀ ਗੱਲ ਸੁਣੀ ਨੀ ਗਈ ਬੈਠਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਕੀ ਮੁੱਖ ਮੰਤਰੀ ਸਾਹਿਬ ਵੀ ਪੰਜਾਬ ਵਾਲੇ ਉੱਥੇ ਜਾ ਸਕਦੇ ਸੀ? ਕੀ ਇਹਨਾਂ ਨੇ ਨਾ ਜਾ ਕੇ ਉੱਥੇ ਵੱਡੀ ਗਲਤੀ ਤਾਂ ਨਹੀਂ ਕਰਦੀ? ਜੇ ਵਿਰੋਧ ਹੀ ਦਰਜ ਕਰਾਉਣਾ ਸੀ, ਅਗਲੇ ਦੇ ਮੂਹਰੇ ਬੈਠ ਕੇ ਵਿਰੋਧ ਦਰਜ ਕਰਾਓ, ਅਗਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵਿਰੋਧ ਦਰਜ ਕਰਾਓ, ਅਗਲੇ ਨੂੰ ਉੱਥੇ ਬੈਠ ਕੇ ਆਪਣੀ ਗੱਲ ਸਮਝਾਓ, ਤਾਂ ਇਹ ਤੁਸੀਂ ਉੱਥੇ ਨਾ ਜਾ ਕੇ ਕੀ ਸਾਬਤ ਕੀਤਾ ਕਿ ਕੋਈ ਇਹਦੇ ਵਿੱਚ ਕੋਈ ਖੱਟ ਲਿਆ ਜਾਂ ਕੋਈ ਗਵਾ ਲਿਆ? ਮੈਨੂੰ ਲੱਗਦਾ ਗਵਾ ਲਿਆ। ਸਿੱਧੂ ਸਾਹਿਬ ਬਿਲਕੁਲ, ਸਿੱਧੂ ਸਾਹਿਬ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਇਹ ਚਰਚਾ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਜਾਣਾ ਚਾਹੀਦਾ, 10,000 ਕਰੋੜ ਰੁਪਏ ਦਾ ਜਿਹੜਾ ਲੈਣ ਦੇਣਾ ਕੇਂਦਰ ਸਰਕਾਰ ਦਾ, ਜਿਹੜਾ ਪੰਜਾਬ ਸਰਕਾਰ ਨੂੰ ਦੇਣਾ, ਉਹ ਅਜੇ ਤੱਕ ਰੁਕਿਆ ਪਿਆ। ਤੇ ਕੱਲ੍ਹ ਇੱਕ ਇਹੋ ਜਿਹਾ ਪਲੇਟਫਾਰਮ ਸੀ ਜਿੱਥੇ ਤੁਸੀਂ ਜਾ ਕੇ ਪੰਜਾਬ ਦੀਆਂ ਉਹਨਾਂ ਮੰਗਾਂ, ਉਹਨਾਂ ਹੱਕਾਂ ਦੀ ਜਿਹੜੀ ਗੱਲ ਕਰ ਸਕਦੇ ਸੀ, ਜਿਹੜੇ ਬੀਤੇ ਸਮੇਂ ਤੋਂ ਤੁਸੀਂ ਰਾਜ ਦੇ ਵਿੱਚ ਰੌਲਾ ਪਾਉਂਦੇ ਜੇ ਕਿ ਹਾਂ ਭਾਈ ਕੇਂਦਰ ਸਰਕਾਰ ਸਾਡਾ ਵਿਤਕਰਾ ਕਰਦਾ, ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਗੱਲ ਕੀਤੀ ਆ, ਕਦੇ ਸੁਖਬੀਰ ਬਾਦਲ ਨੂੰ ਭੰਡ ਲਿਆ, ਕਦੇ ਕਿਸੇ ਨੂੰ ਭੰਡ ਲਿਆ, ਉਸੇ ਤਰੀਕੇ ਨਾਲ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਤਾਂ ਤੁਸੀਂ ਆਲੋਚਨਾ ਕਰਦੇ ਜੇ ਕਿ ਸਾਡਾ ਨੈਸ਼ਨਲ ਰੂਰਲ ਡਿਵੈਲਪਮੈਂਟ ਫੰਡ, ਨੈਸ਼ਨਲ ਹੈਲਥ ਫੰਡ, ਕਈ ਤਰੀਕੇ ਦੇ ਫੰਡ ਡੱਕੇ ਆ ਜਿਹੜਾ 10,000 ਕਰੋੜ ਬਣਦੇ ਆ, ਇੱਥੇ ਤਾਂ ਪਾਉਂਦੇ ਜੇ। ਪਰ ਜ਼ਰੂਰੀ ਸੀ ਕਿ ਕੱਲ੍ਹ ਤੁਸੀਂ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋਵੋ, ਉੱਥੇ ਜਾ ਕੇ ਆਪਣੀ ਗੱਲ ਕਹੋ, ਤਾਂ ਜੋ ਵੱਖ ਜਿਹੜੇ ਉੱਥੇ ਲੋਕ ਨੇ ਉੱਥੇ ਪਤਾ ਤਾਂ ਲੱਗੇ, ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਲੱਗੇ ਕਿ ਹਾਂ ਭਾਈ ਤੁਹਾਡੀ ਆਵਾਜ਼ ਉਠਾਉਣ ਵਾਲਾ ਬੰਦਾ ਇੱਕ ਹੈਗਾ ਜਿਸ ਨੂੰ ਤੁਸੀਂ ਮੁੱਖ ਮੰਤਰੀ ਦੇ ਰੂਪ 'ਚ ਚੁਣਿਆ, ਤਾਂ ਉੱਥੇ ਜਾ ਕੇ ਉਸਨੇ ਗੱਲ ਕੀਤੀ ਹੈ। ਉੱਥੋਂ ਜਾਣ ਤੋਂ ਤੁਸੀਂ ਭੱਜਦੇ ਜੇ, ਹੁਣ ਭੱਜਣ ਦੇ ਕਾਰਨ ਤਾਂ ਲੋਕੀ ਕਈ ਤਰੀਕੇ ਨਾਲ ਕਹਿ ਰਹੇ ਆ, ਇਹ ਲੋਕੀ ਗੱਲ ਕਹਿ ਰਹੇ ਕਿ ਇਹਨਾਂ ਦੇ ਭਾਜਪਾ ਦੇ ਜਾਣੇ ਜਿਹੜੇ ਅੰਦਰ ਸੰਬੰਧ ਨੇ ਇਸੇ ਕਰਕੇ ਨਹੀਂ ਜਾ ਰਹੇ, ਦੂਜੇ ਪਾਸੇ ਇਹ ਵੀ ਗੱਲ ਕਹਿ ਰਹੇ ਕਿ ਇਹ ਰਾਜਨੀਤੀ ਖੇਡਦੇ ਸੀ ਪੀ ਹਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਜਬਰ ਜਿਹੜਾ ਕੇਂਦਰ ਸਰਕਾਰ ਕਰ ਰਹੀ ਆ, ਇੱਕ ਤਰੀਕੇ ਨਾਲ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ। ਕਹਿਣ ਦਾ ਅਰਥ ਆ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਮੀਟਿੰਗ ਦੇ ਵਿੱਚ ਜਾ ਕੇ ਗਵਾਇਆ ਸਿੱਧੂ ਸਾਹਿਬ ਬਹੁਤ ਕੁਝ ਆ, ਘੱਟੋ ਘੱਟ ਲੋਕਾਂ ਦਾ ਵਿਸ਼ਵਾਸ ਮੈਂ ਕਹਾਂਗਾ, ਹੋਰ ਉਹਨਾਂ ਦੀ ਜੇਬ 'ਚ ਕੀ ਗਵਾਉਣਾ, ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜ਼ਰੂਰ ਉਹਨਾਂ ਨੇ ਗਵਾ ਲਿਆ ਕਿ ਹਾਂ ਭਾਈ ਜਦੋਂ ਮਹੱਤਵਪੂਰਨ ਮੁੱਦੇ ਜਾਂ ਮਹੱਤਵਪੂਰਨ ਸਟੇਜ ਹੁੰਦੀ ਆ ਉੱਥੇ ਤਾਂ ਤੁਸੀਂ ਜਾਂਦੇ ਨਹੀਂ, ਆਮ ਸਟੇਜਾਂ ਤੇ ਆਣ ਕੇ ਜਿਹੜੇ ਸ਼ਗੂਫੇ ਛੱਡ ਕੇ ਲੋਕਾਂ ਦੀ ਫੁਰਤੀ ਵਾਹਵਾ ਖੜਦੇ ਜੀ, ਜਿੱਥੇ ਗੱਲ ਕਰਨੀ ਵੱਧਦੀ ਹੁੰਦੀ ਉੱਥੇ ਇਹਨਾਂ ਨੂੰ ਜਾਣਾ ਸੀ, ਤੇ ਲੋਕਾਂ ਦਾ ਵਿਸ਼ਵਾਸ ਸਿੱਧੂ ਸਾਹਿਬ ਇਹਨਾਂ ਨੇ ਜ਼ਰੂਰ ਗਵਾਇਆ, ਪੰਜਾਬ ਦੇ ਜਨਤਾ ਦੇ ਨਾਲ ਅਸੀਂ ਕਹਿ ਸਕਦੇ ਧੋਖਾ। ਹੁਣ ਗੱਲ ਕਰ ਦੋ ਮਮਤਾ ਬੈਨਰਜੀ ਦੀ, ਮਮਤਾ ਬੈਨਰਜੀ ਨੇ ਇੱਕ ਤੀਰ ਨਾਲ ਸਿੱਧੂ ਸਾਹਿਬ ਕਈ ਨਿਸ਼ਾਨੇ ਉੱਥੇ ਫੁੰਡ ਕੇ ਰੱਖਤੇ, ਆਪਣੇ ਰਾਜਤੀ ਉਹਨੇ ਗੱਲ ਵੀ ਕੀਤੀ, ਗੱਲ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਤਾ ਕਿ ਮੇਰਾ ਮਾਈਕ ਬੰਦ ਕਰਤਾ, ਜਦੋਂ ਕਿ ਨਿਰਮਲ ਸੀਤਾਰਮਨ ਕਿੰਨੀ ਗੱਲ ਕਰੇ ਮਾਈਕ ਕਿਸੇ ਨੇ ਬੰਦ ਕੀਤਾ, ਸਿਰਫ ਅਸੀਂ ਘੜੀ ਵਿਖਾਈ ਸੀ ਕਿ ਹਾਂ ਵੀ ਟਾਈਮ ਤੁਹਾਡਾ ਹੋ ਗਿਆ, ਪ੍ਰੋਟੋਕੋਲ ਦੇ ਅਨੁਸਾਰ ਕਹਿੰਦਾ ਦੀ ਲਿਸਟ ਜਿਹੜੀ ਵਾਰੀ ਹੋਣੀ ਲੰਚ ਤੋਂ ਬਾਅਦ ਹੋਣੀ ਸੀ, ਕਹਿੰਦੇ ਅਸੀਂ ਪਹਿਲਾਂ ਟਾਈਮ ਇਹਨਾਂ ਨੂੰ ਦੇ ਦਿੱਤਾ, ਭਾਵ ਮਮਤਾ ਬੈਨਰਜੀ ਨੇ ਉੱਥੇ ਆਪਣੀ ਗੱਲ ਵੀ ਕਹਿਤੀ ਤੇ ਇਹ ਵੀ ਗੱਲ ਦੱਸ ਦਿੱਤੀ ਕਿ ਹਾਂ ਭਾਈ ਇਹੋ ਜਿਹੇ ਨੀਤੀ ਆਯੋਗ ਦੇ ਵਿੱਚ ਸਾਨੂੰ ਜ਼ਿਆਦਾ ਫਾਇਦਾ ਨਹੀਂ, ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਨੀਤੀ ਆਯੋਗ ਜਿਹੜਾ ਭੰਗ ਕਰਕੇ ਪਹਿਲਾਂ ਵਾਂਗ ਯੋਜਨਾ ਆਯੋਗ ਬਣਾ ਦਿਓ, ਪਲੈਨਿੰਗ ਕਮਿਸ਼ਨ ਜਿਹੜਾ ਬਣਾ ਦਿਓ, ਭਾਵ ਕਹਿੰਦਾ ਸਾਰਾ ਕੁਝ ਤਾਂ ਉਹਨਾਂ ਨੇ ਦੱਸਤਾ ਕਿ ਹਾਂ ਭਾਈ ਮੈਂ ਇਹ ਕੁਝ ਕਰ ਸਕਦੀ ਹਾਂ। ਤਾਂ ਸਿੱਧੂ ਸਾਹਿਬ ਨਾਲ ਹੀ ਨਾਲ ਉਹਨਾਂ ਨੇ ਇੰਡੀਆ ਅਲਾਇੰਸ ਨੂੰ ਵੀ ਇਸ਼ਾਰਾ ਕਰਤਾ ਕਿ ਬੀਤੇ ਸਮੇਂ 'ਚ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਇੱਕ ਮਜ਼ਬੂਤ ਆਪੋਜੀਸ਼ਨ ਲੀਡਰ ਦੇ ਰੂਪ 'ਚ ਉੱਭਰਦੇ ਪਏ ਆ, ਕੱਲ੍ਹ ਮਮਤਾ ਬੈਨਰਜੀ ਨੇ ਉਸ ਮੀਟਿੰਗ ਦੇ ਵਿੱਚ ਜਾ ਕੇ ਇਹ ਸਾਬਤ ਕਰਤਾ ਕਿ ਜੋ ਮਰਜ਼ੀ ਉੱਭਰੇ, ਮੈਂ ਜਿਹੜੀ ਗੱਲ ਹੈ ਮੈਂ ਕਿਸੇ ਨੂੰ ਵੀ ਨਹੀਂ ਜੇ ਮੰਨਦੀ, ਨਾ ਮੈਨੂੰ ਕਿਸੇ ਦੀ ਪਰਵਾਹ ਆ, ਮੈਂ ਆਪਣੇ ਰਾਜ ਦੇ ਲੋਕਾਂ ਦੀ ਗੱਲ ਕਰਨੀ ਆ, ਰਾਜ ਸੰਬੰਧੀ ਗੱਲ ਕਰਨੀ ਆ, ਤੇ ਰਾਜ ਦੇ ਹਿੱਤਾਂ ਨਾਲ ਕਿਸੇ ਕਿਸਮ ਦਾ ਦਗਾ ਜਿਹੜਾ ਉਹ ਨਹੀਂ ਕਰਨਾ। ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਕੱਲ੍ਹ ਇਸ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਏ, ਰਾਹੁਲ ਗਾਂਧੀ ਨਾਲ ਫੋਟੋ ਖਿਚਾਉਂਦੇ ਜ਼ਰੂਰ ਨਜ਼ਰ ਆਏ। ਘੱਟ ਤੋਂ ਘੱਟ ਤੁਸੀਂ ਉਸ ਫੋਟੋ ਖਿਚਾ ਕੇ ਰਾਹੁਲ ਗਾਂਧੀ ਨੂੰ ਕੀ ਖੁਸ਼ ਕਰਨ ਦਾ ਯਤਨ ਕੀਤਾ? ਜੇਕਰ ਤੁਸੀਂ ਆਪਣੇ ਰਾਜ ਦੀਆਂ ਮੰਗਾਂ ਜਾਂ ਗੱਲਾਂ ਹੀ ਨਹੀਂ ਉੱਥੇ ਰਾਜ ਵਿੱਚ ਰੱਖਦੇ ਤਾਂ ਫਿਰ ਤੁਹਾਡੇ ਨੇਤਾ ਬਣਨ ਦਾ ਕੀ ਫਾਇਦਾ? ਖੈਰ, ਮਮਤਾ ਬੈਨਰਜੀ ਨੇ ਤਾਂ ਸਿੱਧੂ ਸਾਹਿਬ ਗੱਲ ਕਰਕੇ ਇੱਕ ਕਿਸਮ ਦਾ ਸਾਰੀਆਂ ਚੀਜ਼ਾਂ ਦਾ ਜਵਾਬ ਜਿਹੜਾ ਜ਼ਰੂਰ ਦੇ ਦਿੱਤਾ, ਪਰ ਉਹ ਸਥਿਤੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਜ਼ਰੂਰ ਖੁੰਝ ਗਏ ਆ ਕਿ ਠੀਕ ਆ ਕਿ ਤੁਸੀਂ ਮੁੱਖ ਮੰਤਰੀ ਬਣੇ ਜਾਂ, ਪਰ ਲੋਕਾਂ ਦੇ ਵਿਸ਼ਵਾਸ ਨਾਲ ਤੁਸੀਂ ਵਿਸ਼ਵਾਸਘਾਤ ਨਾ ਕਰੋ, ਘੱਟ ਤੋਂ ਘੱਟ ਉਸ ਮੀਟਿੰਗ 'ਚ ਜ਼ਰੂਰ ਜਾਣਾ ਚਾਹੀਦਾ ਸੀ, ਤੁਸੀਂ ਵੀ ਬਾਈਕਾਟ ਕਰਕੇ ਬਾਹਰ ਆ ਜਾਂਦੇ ਤਾਂ ਸ਼ਾਇਦ ਫਿਰ ਭਗਵੰਤ ਮਾਨ ਦੀ ਉਸ ਬਾਈਕਾਟ ਦੀ ਜ਼ਿਆਦਾ ਸ਼ਲਾਘਾ ਹੁੰਦੀ
ਜਿਸ ਤਰੀਕੇ ਨਾਲ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਜਾਣ ਕਰਕੇ ਜਿਸ ਤਰੀਕੇ ਦੀ ਉਹਨਾਂ ਦੀ ਆਲੋਚਨਾ ਹੋ ਰਹੀ ਆ, ਸ਼ਾਇਦ ਉਹ ਸ਼ਲਾਘਾ ਦੇ ਪਾਤਰ ਹੋਏ ਹੁੰਦੇ ਜੇਕਰ ਉਸ ਮੀਟਿੰਗ 'ਚ ਜਾ ਕੇ ਪੰਜਾਬ ਦੀਆਂ ਹੱਕੀ ਮੰਗਾਂ ਦੀ ਉਹਨਾਂ ਨੇ ਗੱਲ ਕੀਤੀ ਹੁੰਦੀ। ਪਰ ਸ਼ਾਇਦ ਮੁੱਖ ਮੰਤਰੀ ਸਾਹਿਬ ਇਸ ਚੀਜ਼ ਨੂੰ ਸਮਝਣ ਤੋਂ ਅਸਮਰੱਥ ਨੇ, ਜਾਂ ਉਹਨਾਂ ਦੇ ਸਲਾਹਕਾਰ ਵੀ ਉਹਨਾਂ ਨੂੰ ਇਹੋ ਜਿਹੀਆਂ ਸਲਾਹਾਂ ਦਿੰਦੇ ਨੇ ਕਿ ਜਿਹੜੀਆਂ ਉਹਨਾਂ ਨੂੰ ਬੈਕਫੁੱਟ 'ਤੇ ਕੱਢਦੀਆਂ ਨੇ। ਮੁੱਖ ਮੰਤਰੀ ਸਾਹਿਬ ਨੂੰ ਸਲਾਹ ਆ ਕਿ ਜਿੱਥੇ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਦੀ ਗੱਲ ਹੋਵੇ ਉੱਥੇ ਪਹਿਲ ਦੇ ਆਧਾਰ 'ਤੇ ਜਾਓ। ਬੇਸ਼ੱਕ ਹਾਈਕਮਾਂਡ ਨਾਰਾਜ਼ ਹੁੰਦੀ ਹੈ, ਬੇਸ਼ੱਕ ਜੋ ਨਾਰਾਜ਼ ਹੁੰਦਾ ਉਸ ਦੀ ਪਰਵਾਹ ਕੀਤੇ ਬਿਨਾਂ ਆਪਣੇ ਜਿਹੜੀ ਭੂਮਿਕਾ ਆ ਉਸ ਨੂੰ ਪੰਜਾਬ ਦੇ ਲੋਕਾਂ ਦੇ ਪ੍ਰਤੀ ਜ਼ਰੂਰ ਦਿਵਾਓ। ਜੀ ਅਣਖ ਸਾਹਿਬ, ਤੁਸੀਂ ਸਾਡਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।